ਚੈਨਲ ਪੰਜਾਬੀ ਤੋਂ ਅਲਬਰਟਾ ਵੀਕਲੀ ਪ੍ਰੋਗਰਾਮ ਵੇਖ ਰਹਾ ਹਾਂ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਦੇ ਐਪੀਸੋਡ ਦੇ ਵਿੱਚ ਸਾਡੇ ਪਾਸ ਇੱਕ ਖਾਸ ਮਹਿਮਾਨ ਆਏ ਨੇ ਪੰਜਾਬ ਤੋਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਮੰਗਤਰਾਮ ਪਾਸਲਾ ਹੋਰੀ ਕੈਨੇਡਾ ਦੇ ਦੌਰੇ ਤੇ ਨੇ ਅੱਗੇ ਵੀ 2-3 ਵਾਰੀ ਆਏ ਨੇ ਗੱਲਬਾਤ ਕਰਦੇ ਨੇ ਵਧੀਆ ਪੰਜਾਬ ਦੀ ਰਾਜਨੀਤੀ ਦੇ ਉੱਤੇ ਜਿੱਦਾਂ ਕਹਿੰਦੇ ਨਵਜਤੇ ਇਹਨਾਂ ਦੀ ਉਂਗਲ ਹੈਗੀ ਆ ਪਈ ਕੀ ਕੁਝ ਵਾਪਰਿਆ ਹਾਲਾਂਕਿ ਜੇਸ ਪਾਰਟੀ ਨੂੰ ਬਿਲੋਂਗ ਕਰਦੇ ਆ ਉਹਦਾ ਭਾਵਾਂ ਅੱਜਕੱਲ ਜਿਹੜਾ ਕਹਿੰਦੇ ਹੁੰਦੇ ਆ VOTING ਪ੍ਰਤੀਸ਼ਤ ਹੈਗਾ ਉਹ ਕਾਫੀ ਘਟ ਚੁੱਕਾ ਆ ਉਹ ਪਤਾ ਨਹੀਂ ਕੀ ਕਾਰਨ ਹੈ ਉਹ ਵੀ ਪੁੱਛਾਂਗੇ ਨਾ ਪਾਸੋਂ ਮੰਗਦਰਾਮ ਪਾਸ਼ੜਾਹੂਰੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰਸਟੀ ਨੇ ਜਲੰਧਰ ਦੇ ਵਿੱਚ ਆਇਆ ਇਹ ਔਰ ਨਾਲ ਦੀ ਨਾਲ ਜਿਹੜੀ ਪਹਿਲਾਂ ਇੱਕ ਪਾਰਟੀ ਹੋਇਆ ਕਰਦੀ ਸੀ ਪੀਪੀਆਈ ਮਾਰਕਸਿਸਟ ਉਹਦੇ ਤੋਂ ਹਟ ਕੇ ਹੁਣ ਇਹੋ ਨੇ ਆਪਣੀ ਪਾਰਟੀ ਬਣਾਈ ਆ ਜਿਹਦਾ ਨਾਮ ਰੱਖਿਆ ਹੈ ਜੀ ਰੈਵੋਲੂਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਤੇ ਆਰਸੀਪੀ ਇਹਦੇ ਜਿਹੜੇ ਇਹ ਪਹਿਲਾਂ ਜਿਹੜੀ ਸੀਪੀਆਈ ਸੀਗੀ ਮਾਰਕਸਿਸਟ ਉਹਦੇ ਪੋਲਿਟਬੀਰੋ ਦੇ ਮੈਂਬਰ ਵੀ ਰਹਿ ਚੁੱਕੇ ਨੇ ਯਾਨੀ ਕਿ ਕਾਫੀ ਭਾਰਤ ਵਰਸ਼ ਵਿੱਚ ਫਰਮਣ ਵੀ ਆ ਆਲੇ ਦੋਲੇ ਜਾਂਦੇ ਨੇ ਸਾਰੇ ਪਾਸੇ ਦੀ ਖਬਰ ਆ ਕੀ ਗੱਲਬਾਤ ਹੋ ਰਹੀ ਆ ਤੇ ਇਨਾਂ ਦੇ ਨਾਲ ਕਰਾਂਗੇ ਗੱਲਬਾਤ ਹੋਰ ਨਾਲ ਦੇ ਨਾਲ ਡਾਕਟਰ ਪ੍ਰਿਥਵੀ ਰਾਜ ਕਾਲਿਆਹੂਰੀ ਸ਼ਾਮਲ ਨੇ ਅ ਅੱਜ ਅਸੀਂ ਇਹਨਾਂ ਤੋਂ ਜਿਹੜੀ ਖਾਸ ਕਰਕੇ ਪੰਜਾਬ ਦੇ ਵਿੱਚ ਕੱਲ ਜਿਹੜੀਆਂ ਉੱਥੇ ਚੋਣਾਂ ਦੇ ਰਿਜ਼ਲਟ ਆਏ ਨੇ ਜਾਂ ਕਹੋ 26 ਤਰੀਕ ਦੇ ਵਿੱਚ ਉਹਦੇ ਬਾਰੇ ਹੀ ਅ ਅੱਜ ਪਹਿਲਾਂ ਸ਼ੁਰੂਆਤ ਕਰਦੇ ਆਂ ਪਾਸਲਾ ਸਾਹਿਬ ਜੀ ਆਨ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਡਾਕਟਰ ਸਾਹਿਬ ਤੁਸੀਂ ਕਰੋਗੇ ਆਰੰਭ ਪਹਿਲਾਂ ਗੱਲ ਜਰਾ ਪਾਸਲਾ ਸਾਹਿਬ ਤੋਂ ਇਹ ਜਿਹੜੀ ਇਲੈਕਸ਼ਨ ਵਾਲੀ ਹੋਈ ਆ ਚਲੋ ਮੈਂ ਕਰ ਲੈਣਾ ਜ਼ਰੂਰ ਤੇ ਪਾਸਲੇ ਜਿਵੇਂ ਆਪਾਂ ਦੇਖਦੇ ਆ ਕਿ ਭਈ ਹਲੇ 3 ਮਹੀਨੇ ਹੀ ਹੋਏ ਸੀ ਜਦੋਂ ਅਸੈਂਬਲੀ ਇਲੈਕਸ਼ਨਸ ਹੋਏ ਆ ਜਿਹੜੀ ਸਥਾਪਿਤ ਪਾਰਟੀਆਂ ਸੀ ਪਿਛਲੇ 75 ਸਾਲ ਚ ਉਹਨਾਂ ਨੂੰ ਲੋਕਾਂ ਨੇ ਲਾਂਭੇ ਲਾਤਾ ਤੇ ਆਹ ਪਾਰਟੀ ਜਿਹਦਾ ਹਲੇ ਸਿਰਫ ਦਿੱਲੀ ਦੇ ਵਿੱਚ ਹੀ ਰਾਜ ਪਾਰਟੀ ਸੀ ਪਿਛਲੇ 7-8 ਸਾਲਾਂ ਤੋਂ ਉਹ ਬਹੁਤ ਹੀ ਮжоਰਿਟੀ ਨਾਲ 114 ਤੋਂ 92 ਸੀਟਾਂ ਨਾਲ ਜਿੱਤੀ ਹੋ। ਲੇਕਿਨ ਹੁਣ ਜਿਹੜੀ ਸੰਗਰੂਰ ਦੀ ਸੀਟ ਆਪਣਾ ਸੀਐਮ ਨੇ ਖਾਲੀ ਕੀਤੀ ਸੀ ਭਗਵੰਤ ਮਾਨ ਨੇ ਉਹਦੇ ਉੱਤੇ ਜਿਹੜਾ ਹੁਣ ਕੱਲ ਰਿਜ਼ਲਟ ਆਇਆ। ਤੋ ਆਪਣੀ ਸੀਟ ਹੀ ਗਵਾ ਕੇ ਠੇਜ ਜਿਹੜੀ 10 ਸਾਲ ਤੋਂ ਉਹਨਾਂ ਦੇ ਪਾਸ ਸੀ ਸੀਟ। ਤੇ ਲੱਗ ਹੀ ਰਿਹਾ ਹੈ ਕਿ ਜਿਹੜੀ ਪੰਜਾਬ ਦੀ ਪੋਲਿਟਿਕਸ ਹੈ ਉਹ ਬਹੁਤ ਹੀ ਉਲਾਰਵੀਂ ਹੈ। ਪਤਾ ਨਹੀਂ ਲੱਗਦਾ ਉਹ ਕਿਸ ਵਕਤ ਕਿਸ ਪਾਸੇ ਨੂੰ ਮੁੜ ਜਾਏਗੀ। ਇਹਦੇ ਮੂਲ 'ਚ ਜ਼ਰੂਰ ਪੋਲਿਟੀਕਲ ਤੇ ਸੋਸ਼ਲ ਕਾਰਨ ਹੋਣਗੇ ਜਿਨ੍ਹਾਂ ਬਾਰੇ ਅਸੀਂ ਤੁਹਾਨੂੰ ਤੁਹਾਡਾ ਜਵਾਬ ਸੁਣਨਾ ਚਾਹੁੰਦੇ ਹਾਂ ਕਿਉਂਕਿ ਤੁਹਾਡਾ ਤਾਂ ਬਹੁਤ ਗਹਿਰਾ ਐਨਲਿਸਿਸ ਹਾਸਲ ਹੈ ਮੈਂ ਸਮਝਦਾ ਕਿ ਪੰਜਾਬ 'ਚ ਜੋ ਰਿਜ਼ਲਟ ਆਇਆ ਸਰੂਰ ਦੀ ਚੋਣ ਦਾ ਇਹਨੂੰ ਹਾਂ ਪੱਕੀ ਨਜ਼ਰੀਏ ਤੋਂ ਦੇਖਣਾ ਚਾਹੀਦਾ ਹੁਣ ਭਾਰਤ ਦੇ ਲੋਕ ਪੰਜਾਬ ਦੇ ਲੋਕ ਲੰਮਾ ਸਮਾਂ ਹੁਕਮਰਾਨਾਂ ਦੇ ਨਾਅਰਿਆਂ ਨੂੰ ਹੁਕਮਰਾਨਾਂ ਦੇ ਝੂਠੇ ਵਾਅਦਿਆਂ ਨੂੰ ਇੱਕ ਮੂਲ ਮੂਕ ਦਰਸ਼ਨ ਬਣ ਕੇ ਬੈਠਣ ਨਹੀਂ ਚਾਹੁੰਦੇ ਉਹ ਨਵੇਂ ਉਸਲ ਵੱਟੇ ਲੈ ਰਹੇ ਆ ਕਿਸੇ ਗੱਲ ਦੀ ਤਲਾਸ਼ ਵਿੱਚ ਆ ਉਹ ਤਲਾਸ਼ ਜਿਹੜੀ ਉਹ ਲੱਭਦੀ ਆ ਮੌਕੇ ਦੇ ਉੱਤੇ ਉਹ ਤਲਾਸ਼ ਦੇ ਉੱਤੇ ਹੱਥ ਰੱਖ ਦਿੰਦੇ ਆ ਠੀਕ ਹੈ ਅਸੀਂ ਸ਼ਾਇਦ ਠੀਕ ਰਾਤੇ ਆ ਗਏ ਆ ਜਦੋਂ ਤਜਰਬਾ ਹੁੰਦਾ ਵੀ ਨਹੀਂ ਇਹ ਤਲਾਸ਼ ਗਲਤ ਹੱਥ ਤੇ ਰੱਖੀ ਗਈ ਹੈ ਤਾਂ ਫੇਰ ਉਹ ਛੇਤੀ ਉਹ ਤੋਂ ਮੋੜਾ ਕੱਟ ਲੈਂਦੇ ਆ ਜਿਹੜੀ ਪੰਜਾਬ ਦੇ ਵਿੱਚ ਚੋਣ ਰਿਜ਼ਲਟ ਆਇਆ ਇਹ ਉਸੇ ਹੀ ਉਤਸੁਕਤਾ ਦਾ ਉਸੇ ਹੀ ਇੱਕ ਕੋਸ਼ਿਸ਼ ਦਾ ਹਿੱਸਾ ਆ ਜਿਹੜਾ ਪੰਜਾਬ ਦੇ ਲੋਕੀ ਤਲਾਸ਼ ਚ ਹੈ ਕਿ ਸਾਨੂੰ ਕੋਈ ਐਸਾ ਮਤਵਾਦਲ ਬਣੇ ਰਾਸੀ ਲੋਕ ਐਸੇ ਬੁਰੇ ਹੋਣ ਜਿਹੜੇ ਸਾਡੇ ਮੂਲ ਮਸਲਿਆਂ ਬਾਰੇ ਕਮ ਸੇ ਕਮ ਵਿਚਾਰ ਪਟਾਉਂਦੇ ਨਾ ਠੀਕ ਕਰਨਾ ਪਹਿਲਾਂ ਮਸਲੇ ਹੈ ਕਿ ਨਿਸ਼ਾਨਦੇਹੀ ਤਾਂ ਹੋਵੇ ਜੇ ਨਹੀਂ ਕਰਦਾ ਕੋਈ ਐਵੇਂ ਲੋਕਾਂ ਨੂੰ ਟਾਰੇ ਦੇ ਕੇ ਇੱਕ ਦੀ ਮੁਫਦ ਦਾ ਨਾਰਾ ਕਦੀ ਕੋਈ ਧਰਮ ਦਾ ਨਾਰਾ ਵੀ ਇਹਨਾਂ ਤੋ ਲੋਕ ਅੱਕੇ ਹੋਏ ਆ ਇਸੇ ਕਰਕੇ ਤਿੰਨਾਂ ਮਹੀਨਿਆਂ ਦਾ ਸਮਾਂ ਹਲੇ ਬਹੁਤ ਨਹੀਂ ਹੁੰਦਾ ਲੋਕਾਂ ਨੇ ਐਡਾ ਵੱਡਾ ਮੈਂ ਸਮਝਦਾ ਵੀ ਸੋਚਣਾ ਵੀ ਸ਼ਾਇਦ ਔਖਾ ਕਿਸਲੇ ਹੋਵੇ ਵੀ ਐਡਾ ਵੱਡਾ ਮਤਲਬ ਕਿਦਾਂ ਕਰ ਦਿੱਤਾ ਪਰ ਇਹ ਲੋਕਾਂ ਦੀ ਉਸ ਭਾਵਨਾ ਚੋਂ ਉਸ ਜਿਹੜਾ ਉਹਨਾਂ ਦੇ ਚੇਤਨਾ ਜਾਗੀ ਆ ਇਹ ਉਹਦਾ ਹਿੱਸਾ ਆ ਮੈਂ ਇਸ ਗੱਲ ਨੂੰ ਬੜਾ ਹਾਂ ਪੱਕੀ ਨਜ਼ਰੀਏ ਤੋਂ ਦੇਖਦਾ ਤੁਸੀਂ ਕਹਿੰਦੇ ਵੀ ਚੇਤਨਾ ਜਾਗੀ ਹੈ ਚੇਤਨਾ ਦਾ ਤਾਂ ਮਤਲਬ ਹੈ ਕਿ ਵੀ ਲੋਕ ਤੁਹਾਡਾ ਖਿਆਲ ਆ ਵੀ ਪੋਲਿਟੀਕਲੀ ਬੜੀ ਅਵੇਅਰਨੈਸ ਹੈ ਉਹਨਾਂ 'ਚ ਅਗਰ ਅਵੇਅਰਨੈਸ ਹੈ ਫਿਰ ਉਹ ਇੰਨੀ ਜਲਦੀ ਪੋਲਿਟੀਕਲ ਆਪਣੇ ਪਾਲੇ ਕਿਵੇਂ ਬਦਲ ਰਹੇ ਹਨ ਇਹ ਦਾ ਕੀ ਕਾਰਨ ਹੈ ਅਵੇਅਰਨੈਸ ਤੋਂ ਅਲੱਗ ਨ ਅਰਥ ਲੈ ਜਾ ਸਕਦੇ ਆ ਮੈਂ ਕਹੂੰਗਾ ਵੀ ਐਜ਼ ਕਾਮਨਿਸਟ ਵੀ ਜਿਹੜੀ ਅਵੇਅਰਨੈਸ ਸਾਡੇ ਪ੍ਰਤੀ ਜਾਗੀ ਹੈ ਮੈਂ ਉਹਨੂੰ ਵੀ ਸੱਚੀ ਮੰਨਾਂਗਾ ਜੇ ਕਿਸੇ ਕੋਈ ਸਿੱਖ ਵਿਚਾਰਧਾਰਾ ਨਾਲ ਸੰਬੰਧਿਤ ਪਾਰਟੀ ਜ਼ਿਆਦਾ ਆ ਉਹਦੇ ਵੱਲ ਅਵੇਅਰਨੈਸ ਹੋਵੇ ਤਾਂ ਉਹ ਕਹਿੰਦੇ ਇਹ ਵੀ ਅਵੇਅਰਨੈਸ ਅਸਲੀ ਆ ਜੇ ਮੋਦੀ ਵਰਗੇ ਇਨਸਾਨੋ ਕੋਗੇ ਹਿੰਦੂਵਾਦੀ ਲੋਕ ਬਣ ਗਏ ਆ ਉਹ ਅਵੇਰਨੈਸ ਹੈ ਮੇਰੇ ਹਿਸਾਬ ਨਾਲ ਅਵੇਰਨੈਸ ਇੱਕ ਵੱਖ-ਵੱਖ ਫਾਰਮੂਲੇਸ਼ਨਸ ਹੈ ਜਿਹੜੀ ਅਵੇਰਨੈਸ ਮੈਂ ਜ਼ਿਕਰ ਕਰ ਰਿਹਾ ਉਹ ਇਹ ਆ ਕਿ ਲੋਕੀ ਹੁਕਮਰਾਨਾ ਦੇ ਝੂਠੇ ਵਾਅਦਿਆਂ ਨੂੰ ਲੰਮਾ ਸਮਾਂ ਬਰਦਾਸ਼ਤ ਨਹੀਂ ਕਰ ਰਹੇ ਹਲੇ ਉਹਨਾਂ ਨੂੰ ਤਲਾਸ਼ ਹੈ ਹਲੇ ਤਲਾਸ਼ ਕਰਕੇ ਲੱਭਾ ਨਹੀਂ ਹਲ ਉਹਨਾਂ ਕੋਲ ਮੈਂ ਜਦੋਂ ਆਪ ਪਾਰਟੀ ਆਈ ਹੈ ਸ਼ਾਇਦ ਇੱਥੇ ਕੈਨੇਡਾ ਚ ਆ ਕੇ ਵੀ ਹਫ਼ਤੇ ਪਹਿਲਾਂ ਮੈਂ ਐਸੇ ਪ੍ਰੋਗਰਾਮ ਤੇ ਬੋਲ ਰਿਹਾ ਸਾਂ ਮੈਂ ਇਹਨੂੰ ਕਿਹਾ ਵੀ ਜਿਹੜੇ ਬਦਲ ਦੀ ਤਲਾਸ਼ ਵਿੱਚ ਸੀ ਉਹ ਉਹ ਬਦਲ ਨਹੀਂ ਹੈ ਫੇਰ ਧੋਖਾ ਖਾ ਗਿਆ ਸੀ ਉਹ ਧੋਖਾ ਲੋਕ ਨਹੀਂ ਖਾ ਗਿਆ ਬਲਕਿ ਅਸੀਂ ਬਦਲ ਦੇਣ ਵਾਲੇ ਖਾ ਗਿਆ ਕਹਿ ਲਓ ਤੁਸੀਂ ਇਸ ਲਈ ਜਿਹੜਾ ਜਦੋਂ ਦੇਖਿਆ ਬਦਲਿਆ ਹੈ ਬਦਲ ਹੈ ਨਹੀਂ ਸੀ ਉਹ ਕਈ ਲੋਕਾਂ ਨੇ ਭੁਲੇਖਾ ਪਾਇਆ ਵੀ ਬਦਲ ਹੈਗਾ ਆ ਮੈਂ ਮੇਰੇ ਸਮਝ ਨਾ ਨਹੀਂ ਸੀ ਹੈ ਜਿਹੜਾ ਰਾਸੀਦਾਲ ਇਹ ਕਹਿੰਦਾ ਮੇਰੀ ਵਿਚਾਰਧਾਰਾ ਕੋਈ ਨਹੀਂ ਹੈ ਜਿਹੜਾ ਰਾਸੀਦਾਲ ਇਹ ਕਹਿੰਦਾ ਵੀ ਮੈਂ ਜਿਹੜਾ ਅਨਕੌਮੀਵਾਦ ਆ ਮੋਦੀ ਦਾ ਮੈਂ ਉਹਦੇ ਮੁਕਾਬਲੇ ਦਾ ਇੱਕ ਉਹਦਾ ਦਾ ਕੌਮਵਾਦ ਲਿਆ ਕੇ ਟੱਕਰਾ ਕਰ ਲੈਣਾ ਉਹ ਬਦਲ ਕਿੱਦਾਂ ਹੋ ਸਕਦਾ ਪਰ ਉਹ ਕਿਉਂਕਿ ਮੈਂ ਹੁਣ ਉਸ ਲੋਕਾਂ ਦੀ ਸਮਝਦਾਰੀ ਦਾ ਹਿੱਸਾ ਵਾਲੀ ਨਹੀਂ ਬਣੀ ਸਪਿਰ ਵਾਲੀ ਗੱਲ ਲੋਕਾਂ ਨੇ ਜਿਹੜਾ ਨੂੰ ਬਦਲ ਲੱਗਾ ਉਹਨਾਂ ਨੇ ਦਵਾ ਦਾ ਬਹੁਤ ਵੱਡੀ ਗਿਣਤੀ ਚ ਉਹਨਾਂ ਨੂੰ ਜਿਤਾ ਦਿੱਤਾ ਹੁਣ 3 ਮਹੀਨੇ ਦੇਖ ਰਹੇ ਆ ਆਸ ਇਹ ਨਹੀਂ ਲੋਕ ਕਰਦੇ ਵੀ ਸਾਡੇ ਮਸਲੇ ਹੱਲ ਕਿਉਂ ਨਹੀਂ ਸਾਰੇ ਹੋ ਗਏ ਮੇਰਾ ਮੇਰਾ ਕਰਜ਼ਾ ਮਾਫ ਕਿਉਂ ਨਹੀਂ ਹੋ ਗਿਆ ਮੇਰੇ ਬੱਚੇ ਨੌਕਰੀ ਕਿਉਂ ਨਹੀਂ ਮਿਲ ਇਹ ਨਹੀਂ ਆਸ ਕਰਦੇ ਪਰ ਜਿਹੜੀ ਮਿਨੀਮਮ ਚੀਜ਼ ਹੋ ਸਕਦੀ ਸੀ ਉਹ ਕਿਉਂ ਨਹੀਂ ਕੀਤੀ ਤੇ ਦਿਸ਼ਾ ਕਿਹੜੀ ਹੈ ਦਿਸ਼ਾ ਕਰਨ ਲਈ ਕੋਈ ਸੀਰੀਅਸ ਬਹਿਸ ਹੋਈ ਹੈ ਪੰਜਾਬ 'ਚ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ ਕੀ ਹੋਣਾ ਪੰਜਾਬ ਦੇ ਨੌਜਵਾਨ ਜਿਹੜਾ ਆ ਬੇਕਾਰੀ ਦਾ ਮੁੱਦਾ ਸੀ ਕਿਦਾਂ ਹੱਲ ਕਰੀਏ ਬਹਿ ਕੇ ਕੋਈ ਵਿਰੋਧੀ ਤਰ੍ਹਾਂ ਨਾ ਕੋਈ ਐਕਸਪਰਟ ਨਾਲ ਗੱਲਬਾਤ ਹੋਈ ਹੈ ਕਿਤੇ ਕੋਈ ਇਸ ਗੱਲ ਦੇਣੇ 5 ਪੈਸੇ ਲੋਕਾਂ ਨੂੰ ਤੇ ਪ੍ਰਚਾਰ 25 ਪੈਸੇ ਨਾ ਕਰਨਾ ਦੇਣਾ 1 ਰੁਪਇਆ 500 ਰੁਪਏ ਦਾ ਪ੍ਰਚਾਰ ਕਰਤਾ ਬਹਿ ਕਿ ਵੀ ਮੈਂ ਤੁਹਾਨੂੰ 1 ਰੁਪਇਆ ਦੇ ਦਿੱਤਾ ਇਹ ਤਾਂ ਲੋਕ ਦੇਖਦੇ ਵੀ ਜਰਾ ਇਹ ਤਾਂ ਦਿਸ਼ਾ ਵੀ ਠੀਕ ਨਹੀਂ ਹੈ ਇਸ ਲਈ ਲੋਕਾਂ ਦਾ ਇਹ ਜਿਹੜਾ ਕਾਲਾਪਣਿਆ ਉਹਨਾਂ ਦੀ ਤਲਾਸ਼ ਦਾ ਹਿੱਸਾ ਆ ਜਿਹੜੀ ਤਲਾਸ਼ ਚ ਆ ਜਦੋਂ ਇਦਾਂ ਦੀ ਭਟਕਣ ਆਵੇ ਨਾ ਫਿਰ ਮੈਂ ਸਮਝਦਾ ਫਿਰ ਉਹ ਤਲਾਸ਼ ਕਰਨ ਲੋਕ ਕਾਮਯਾਬ ਹੋ ਜਾਂਦੇ ਆ ਸਮਾਂ ਲੱਗੇਗਾ ਇਸ ਲਈ ਮੈਂ ਇਸ ਜਿਹੜੀ ਲੋਕਾਂ ਦੀ ਚੇਤਨਾ ਉੱਥੇ ਉਹਨੇ ਲੋਕਾਂ ਨੇ ਪਰਵਾਹ ਕੀਤਾ ਕਈ ਲੋਕ ਇਹਨੂੰ 네ਗੇਟਿਵ ਲੈਣਗੇ ਨਹੀਂ ਜੀ ਉਹਨਾਂ ਤੋਹਾਰ ਕੇ ਫਿਰ ਕੋਈ ਸਿਮਰਜੀਤ ਸਿੰਘ ਮਾਨ ਵੱਲ ਕਿਉਂ ਚਲ ਗਿਆ ਉਹਦਾ ਕਿਸੇ ਗੱਲ ਤੇ ਉਹ ਕਿੰਤੂ ਵੀ ਕਰਨਗੇ ਮੈਨੂੰ ਵੀ ਕਿੰਤੂ ਹੋਣਗੇ ਪਰ ਮੈਂ ਇਸ ਲੋਕਾਂ ਦੀ ਸਮਝਦਾਰੀ ਨੂੰ ਨੈਗੇਟਿਵ ਸਾਈਡ ਤੋਂ ਨਹੀਂ ਲੈ ਰਿਆ ਮੈਂ ਉਹਨਾਂ ਦੀ ਇੱਕ ਚੇਤਨਾ ਦਾ ਹਿੱਸਾ ਸਮਝਦਾ ਕਿ ਉਹ ਆਪਣੇ ਨਾਲ ਚੂਠੇ ਗੀਤੇ ਵਹਿਦਿਆਂ ਤੋਂ ਛੇਤੀ ਸੁਚੇਤ ਹੋ ਜਾਂਦੇ ਆ ਵੀ ਨਹੀਂ ਯਾਰ ਇਹ ਸਾਡੇ ਨਾਲ ਝੂਠਾ ਵਹਿਦਾ ਹੈ ਪਰ ਇਹ ਤਾਂ ਲੱਗਦਾ ਵੀ ਉਹਨਾਂ ਨੇ ਇੱਕ ਵਾਰੀ ਫੇਰ ਜਿਹੜੀ ਸਥਾਪਿਤ ਪਾਰਟੀਆਂ ਸੀ ਉਹਨਾਂ ਤੇ ਫੇਰ ਮੋਹਰ ਲਾਤੀ ਵੀ ਸਾਨੂੰ ਇਹਨਾਂ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਹੈ ਲੇਕਿਨ ਇਹਦੀ ਬਿਲਕੁਲ ਹੀ ਬੈਕ ਤੇ ਨਾਲ ਇਹ ਨਾ ਜਿਹੜਾ ਆਪਣਾ ਕਿਸਾਨ ਅੰਦੋਲਨ ਹੋਇਆ ਉਹਦਾ ਇੱਕ ਬੜਾ ਮੋਮੈਂਟਮ ਪੈਦਾ ਹੋਇਆ ਕਿ ਅਸੀਂ ਇੱਥੇ ਵੀ ਦੇਖਿਆ ਵੀ ਰੈਲੀਆਂ ਹੁੰਦੀਆਂ ਸੀ ਤੇ ਅਮਰੀਕਾ ਚ ਵੀ ਦੂਸਰੇ ਸ਼ਹਿਰਾਂ ਚ ਵੀ ਹੋਈਆਂ ਦੂਸਰੇ ਮੁਲਕਾਂ ਚ ਵੀ ਹੋਈਆਂ ਲੇਕਿਨ ਇੰਡੀਆ ਚ ਇੱਕਦਮ ਹੀ ਜਾਂ ਤਾਂ ਉਹਨਾਂ ਨੇ ਕੋਈ ਗਲਤ ਸਟੈਪ ਚੱਕ ਲਿਆ ਕਿ ਬਾਅਦ ਚ ਜਿਹੜਾ ਇੱਕਦਮ ਉਹ ਇਲੈਕਸ਼ਨ ਚ ਚਲੇ ਗਏ 3 ਮਹੀਨਾ ਪਹਿਲਾਂ ਉਹ ਚ ਤੁਹਾਡੀ ਪਾਰਟੀ ਨੇ ਵੀ ਉਹਨਾਂ ਨਾਲ ਮਿਲ ਕੇ ਹੀ ਇਲੈਕਸ਼ਨ ਲੜਿਆ ਸੀ ਤੇ ਮੈਂ ਸਮਝਦਾ ਵੀ ਤੁਹਾਡੇ ਪਾਰਟੀ ਕੋਲ ਤਾਂ ਕਾਫੀ ਤਜਰਬਾ ਸੀ ਉਹ ਤਾਂ ਨਈ ਨਈ ਆਏ ਸੀ ਤੇ ਨਾਮ ਉਹਨਾਂ ਦੇ ਕੋਈ ਉਹਨਾਂ ਨੂੰ ਪਤਾ ਹੀ ਸੀ ਵੀ ਕੋਈ ਇਨਫਰਾਸਟ੍ਰਕਚਰ ਉਹਨਾਂ ਨੇ ਕ੍ਰੀਏਟ ਨਹੀਂ ਕਰਿਆ ਹੋਇਆ ਕੋਈ ਵਰਕਰਸ ਉਸ ਕਿਸਮ ਦੇ ਇਲੈਕਸ਼ਨ ਲੜਨ ਵਾਸਤੇ ਤਿਆਰ ਨਹੀਂ ਸੀ ਤੇ ਜਿਸ ਢੰਗ ਨਾਲ ਉਹਨਾਂ ਨੇ ਛਲਾਂਗ ਮਾਰੀ ਹਾਲ ਕਿ 2 ਸਾਲ ਰਹਿੰਦੇ ਸੀ 2024 ਚ ਇਲੈਕਸ਼ਨ ਲੜਦੇ ਆ ਰਾਮ ਨਾਲ ਤੇ ਹੁਣ ਬਲਕੇ ਜੋ ਰਿਜ਼ਲਟ ਹੋਇਆ ਹੈ ਕਿ ਵੀ ਇੰਨੀ ਜਵਾਨੀ ਤਜਬਤ ਹੋ ਗਈ ਤਕਰੀਬਨ ਲਗਭਗ ਸਾਰੇ ਲੋਕਾਂ ਦੇ ਉਹਦੇ ਨਾਲ ਇੱਕ ਈਮੇਜ ਇਹ ਬਣ ਗਿਆ ਕਿ ਵੀ ਇਹਨਾਂ ਕੋਲ ਕੁਝ ਨਹੀਂ ਹੈ ਤੁਸੀਂ ਦੇਖੋ ਐਮਐਸਪੀ ਦੀ ਕਮੇਟੀ ਵੀ ਬੁਲਾਈ ਉਹਨਾਂ ਨੇ ਉਸ ਤੋਂ ਬਾਅਦ ਤੇ ਇਸ ਵਾਰੇ ਤੁਹਾਡਾ ਕੀ ਵਿਚਾਰ ਹੈ ਦਿੱਲੀ ਦਾ ਕਿਸਾਨ ਮੋਰਚੇ ਦੀ ਸ਼ਾਇਦ ਜਿਹੜੀ ਉਹਦੀ ਨੇਚਰ ਹੈ ਉਸ ਮੋਰਚੇ ਦੀ ਇਹਦੇ ਬਾਰੇ ਕਿਤੇ ਨਾ ਕਿਤੇ ਸਾਡੇ 'ਚ ਫਰਕ ਲੱਗਦਾ ਦਿੱਲੀ ਦਾ ਕਿਸਾਨ ਮੋਰਚਾ ਨਰੋਹ ਲੈ ਕੇ ਉਸ ਹੱਲੇ ਦੇ ਵਿਰੁੱਧ ਸੀ ਜਿਹੜਾ ਤਿੰਨ ਕਾਲੇ ਕਾਨੂੰਨਾਂ ਦੀ ਰਾਹ ਸਾਡੇ ਪੰਜਾਬ ਦੇ ਕਿਸਾਨੀ ਉੱਤੇ ਵੱਡਾ ਹਮਲਾ ਸੀ ਨਾਇ ਰਾਸੀ ਲੜਾਈ ਸੀ ਸ਼ੁਰੂਆਤੀ ਦੌਰ ਚ ਨਾ ਇਸ ਚੋਣਾ ਲਈ ਲੜੀ ਗਈ ਹੈ ਨਾ ਦਿੱਲੀ ਦਾ ਤਖਤਾ ਪਟਾਉਣ ਲਈ ਲੜੀ ਗਈ ਇਹ ਲੜਾਈ ਸ਼ੁਰੂ ਹੋਈ ਮੇਰੇ ਤੇ ਹਮਲਾ ਹੋ ਰਿਹਾ ਤਨਕਾਲੇ ਕਾਨੂੰਨਾਂ ਦਾ ਅਸੀਂ ਰੱਦ ਕਰਾਉਣਾ ਹੈ ਆਪਣੀ ਜ਼ਮੀਨ ਬਚਾਉਣ ਵਾਸਤੇ ਉਹਦੇ ਲਈ ਫਿਰ ਉਹ ਸੰਘਰਸ਼ ਹਾਲ ਪਰ ਚੱਲਿਆ ਜਿਹੜੀ ਚੰਗੀ ਗੱਲ ਏ ਸੀ ਵੀ ਜਿਹੜੀ ਚੇਤਨਾ ਪੈਦਾ ਕੀਤੀ ਆ ਉਹ ਇਸ ਲਈ ਤਾਂ ਪੈਦਾ ਨਹੀਂ ਕਰ ਸਕੇ ਨਾ ਇਹ ਕਰਨ ਦਾ ਇਰਾਦਾ ਸੀ ਹਲੇ ਉਹਨਾਂ ਦਾ ਕਿਸਾਨ ਆਗੂਆਂ ਦਾ ਵੀ ਅਸੀਂ ਕਹੀਏ ਵੀ ਦਿੱਲੀ ਦੇ ਤਖਤੇ ਦੇ ਮੋਦੀ ਨਹੀਂ ਚਾਹੀਦਾ ਕਿਸਾਨ ਮਜ਼ਦੂਰ ਚਾਹੀਦਾ ਇਹ ਕਿਸੇ ਨੇ ਭਾਸ਼ਣ ਨਹੀਂ ਕਰ ਦਿੰਦੇ ਸੀ ਉਹ ਹੂੰ ਹੂੰ ਵੀ ਨਹੀਂ ਜੀ ਇਹ ਰਾਸੀ ਗੱਲ ਨਹੀਂ ਕਰਨੀ ਤੁਸੀਂ ਕਿਸਾਨਾਂ ਦੀਆਂ ਮੰਗਾਂ ਦੀ ਗੱਲ ਕਰੋ ਜਿਹੜਾ ਇਹ ਮੁੱਦਾ ਸੀ ਵੀ ਕਿਸਾਨੀ ਦਾ ਇਸ ਲੋਕਾਂ ਦੇ ਸਾਹਮਣੇ ਰੱਖਿਆ ਉਹ ਚੇਤਨਾ ਇਸ ਰੂਪ ਹੀ ਤਾਂ ਸਾਹਮਣੇ ਆ ਗਈ ਵੀ ਹਿੰਦੂ ਸਿੱਖਾਂ ਮੁਸਲਮਾਨਾਂ ਦੀ ਲੜਾਈ ਪਾਉਣਾ ਗਲਤ ਏ ਪੰਜਾਬ ਹਰਿਆਣਾ ਹਿਮਾਚਲ ਯੂਪੀ ਦਾ ਆਪਸ ਵਿੱਚ ਫਸਾਦ ਕਰਾਉਣਾ ਗਲਤ ਸੋਚਣਾ ਵੀ ਅਸੀਂ ਦੁਸ਼ਮਣ ਇੱਕ ਦੂਜੇ ਦੇ ਵੀ ਗਲਤ ਹੈ ਇਹ ਵੀ ਗਲਤ ਹੈ ਵੀ ਅਸੀਂ ਇਕੱਠੇ ਨਹੀਂ ਹੋ ਸਕਦੇ ਜਿਹੜੇ ਲੋਕ ਕਹਿੰਦੇ ਵੀ ਇਕੱਠੇ ਨਹੀਂ ਹੋ ਸਕਦੇ ਇਹ ਮੈਮ ਨਿਕਲੇ ਆ ਜਿਹੜੀ ਇਹ ਚੇਤਨਾ ਆ ਉਹ ਪੰਜਾਬ 'ਚ ਅੱਜ ਵੀ ਕਾਇਮ ਆ ਉਹਦੀ ਚੇਤਨਾ ਦਾ ਹਿੱਸਾ ਹੀ ਆ ਵੀ ਲੋਕਾਂ ਨੇ ਤਿੰਨ ਮਹੀਨਿਆਂ ਬਾਅਦ ਪਛਾਣ ਲਿਆ ਹਾਲੇ ਇਸ ਲਈ ਦਿੱਲੀ ਦੀ ਜਿਹੜਾ ਕਿਸਾਨ ਅੰਦੋਲਨ ਦਾ ਨਿਸ਼ਾਨਾ ਉਹ ਰਾਸ ਸੀ ਨਹੀਂ ਸੀ ਹੈ ਜਦੋਂ ਸਾਨੂੰ ਰਾਸ ਸੀ ਅਸੀਂ ਜਿਹੜਾ ਤੁਸੀਂ ਕਹੋਗੇ ਫਿਰ ਤੁਸੀਂ ਚੋਣ ਕਿਉਂ ਲੜੀ ਚੋਣ ਅਸੀਂ ਚੋਣ ਨਾ ਵੀ ਮੋਰਚਾ ਲੱਗਦਾ ਤਾਂ ਵੀ ਲੜਨੀ ਸੀ ਅਸੀਂ ਇਹ ਤਾਂ ਖਫਾ ਨਹੀਂ ਇਸ ਗੱਲ ਤੋਂ ਨਹੀਂ ਧੋਖਾ ਖਾਦਾ ਵੀ ਸਾਨੂੰ ਭਲੇਖਾ ਸੀ ਵੀ ਅਸੀਂ ਚੋਣ ਲੜ ਕੇ ਕੋਈ ਪੰਜਾਬ ਸੱਤਾ ਹਾਸਲ ਕਰਨੀ ਹੈ ਇਹ ਸਾਨੂੰ ਜ਼ਰੂਰ ਸੀ ਕਿ ਕੁਝ ਹਿੱਸਾ ਜਿਹੜਾ ਲੋਕਾਂ ਦਾ ਸਾਡੀ ਇਸ ਗੱਲ ਤੇ ਅਮਲ ਕਰੇਗਾ ਸ਼ਾਇਦ ਸਾਡੇ ਵੱਲ ਨੂੰ ਆਵੇ ਉਹ ਸਾਡੇ ਆਪਣੇ ਕਮਜ਼ੋਰੀਆਂ ਹੋਈਆਂ ਬੇਸਨ ਲੋਕ ਸਮਾਜ ਮੋਰਚਾ ਪ੍ਰੋਪਰਲੀ ਕੰਮ ਨਹੀਂ ਕਰ ਸਕਿਆ ਸਮਾਂ ਥੋੜਾ ਸੀ ਸਾਡੇ ਆਗੂ ਨੂੰ ਦਿੱਲੀ ਦੇ ਹੁਕਮਰਾਨਾ ਨੇ ਕੋਛੇ ਦੀ ਪੁਚੜਾ ਲਿਆ ਕਹਿ ਲਓ ਵੀ ਜਰਾ ਤੈਨੂੰ ਅਸੀਂ ਚਿਹਰਾ ਬਣਾਉਨੇ ਆ ਚਿਹਰਾ ਹੋਰ ਬਣਾਉਣਾ ਚਾਹੁੰਦੇ ਸੀ ਕੋਈ ਇਹ ਸਾਰੀਆਂ ਕਾਰਨਾ ਕਰਕੇ ਉਹ ਰਾਸ ਸੀ ਫਾਇਦਾ ਨਹੀਂ ਦਪਚਾ ਸਕਿਆ ਪਰ ਮੇਰੇ ਲਈ ਉਹ ਜਿਹੜੀ ਚੇਤਨਾ ਪੈਦਾ ਹੋਈ ਲੋਕਾਂ ਚ ਨਾ ਕਿ ਅਸੀਂ ਸਾਂਝੀ ਵਾਲਤਾ ਵੱਸ ਸਕਦੇ ਆ ਅਸੀਂ ਹਿੰਦੂ ਸਿੱਖ ਮੁਸਲਮਾਨ ਸਾਰੇ ਧਰਮਾਂ ਦੇ ਲੋਕ ਇਕੱਠੇ ਬਹਿ ਸਕਦੇ ਆ ਅਸੀਂ ਕਿਸੇ ਮਸਲੇ ਨੂੰ ਹੱਲ ਕਰ ਸਕਦੇ ਆ ਉਹ ਮੇਰੇ ਲਈ ਇੰਪੋਰਟੈਂਟ ਹੈ ਉਹ ਖਜ਼ਾਨਾ ਸਾਡੇ ਕੋਲ ਆ ਜਿਹੜਾ ਖਜ਼ਾਨਾ ਪੰਜਾਬ ਦੇ ਵਿੱਚ ਸਮਾਜਿਕ ਬਦਲਾਅ ਲਈ ਮਦਦ ਕਰੇਗਾ ਸਾਡੀ ਬਸੜਾ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜਾ ਲੋਕਾਂ ਦੇ ਵਿੱਚ ਤਨਾਹ ਮਹੀਨਿਆਂ ਦੇ ਵਿੱਚ ਇਹ ਆ ਗਈ ਗੱਲਬਾਤ ਜਾਂ ਪਹਿਲਾਂ ਜਿਹੜਾ ਬਦਲਾਅ ਪਹਿਲੇ 70 ਸਾਲ ਲੰਘ ਗਏ ਲੋਕੀ ਉਹ ਹੀ ਦੋਹਾਂ ਪਾਰਟੀਆਂ ਦੇ ਤੁਰੇ ਫਿਰਦੇ ਰਹਿ ਗਏ ਜਿਹਦੇ ਵਿੱਚ ਉਸ ਵੇਲੇ ਚਲੋ ਕਮਿਊਨਿਸਟ ਪਾਰਟੀ ਦਾ ਵੀ ਹਿੱਸਾ ਹੋਇਆ ਕਰਦਾ ਸੀ ਕਾਫੀ ਵੱਡਾ ਅ ਪਹਿਲੀ ਗੱਲ ਤੇ ਇਹ ਦੱਸੋ ਵੀ ਆ ਹੁਣ ਇਹ ਜਿਹੜੀ ਏਡੀ ਵੱਡੀ ਤਬਦੀਲੀ ਆਈ ਆ ਉਹਦਾ ਕੀ ਕਾਰਨ ਕਿਹੜੇ ਇਸ਼ੂਜ਼ ਹੈਗੇ ਆ ਜਿਹੜੇ ਲੋਕਾਂ ਨੂੰ ਇੰਨੇ ਉਤੇਜਿਤ ਕਰ ਰਿਹਾ ਵੀ ਭਾਈ ਇਹ ਪੂਰਾ ਨਹੀਂ ਕੀਤਾ ਇਹਨਾਂ ਨੇ ਤਾਂ ਇਹਨਾਂ ਨੂੰ ਬਦਲੋ ਤੇ ਦੂਸਰਾ ਜਿਹੜੀ ਕਮਿਊਨਿਸਟ ਪਾਰਟੀਆਂ ਉਹ ਕਿੱਥੇ ਚਲੀਆਂ ਗਈਆਂ ਉਹਨਾਂ ਦਾ ਜਿਹੜਾ ਰੋਲ ਸੀਗਾ ਲੋਕਾਂ ਵਿੱਚ ਜਾਣ ਦਾ ਉਹ ਕਿਤੇ ਨਜ਼ਰ ਹੀ ਨਹੀਂ ਆ ਰਿਹਾ ਇਹ ਕੁਵੱਤ ਸੀ ਮਲਗੇ ਸਟਾਰਟ ਜਾਂ 88 ਦੀ ਜਿਹੜੀ ਇਲੈਕਸ਼ਨਸ ਹੈ ਉਹ ਸ਼ਾਇਦ 64 ਜਾਂ 83 ਸੀਟਾਂ ਵੀ ਸੀ ਤੇ ਹੁਣ ਉਹ ਪਿਛਲੀ ਜਿਹੜੀ 2019 ਦੀ ਇਲੈਕਸ਼ਨ ਵਿੱਚ 7-8 ਟੋਟਲ ਸੀਟਾਂ ਦੋਨੋਂ ਪਾਰਟੀਆਂ ਦੀ ਮਿਲਾ ਕੇ CPI ਤੇ CPIM ਦੀਆਂ ਤੇ ਉਦੋਂ ਵੋਟ ਮੇਰੇ ਖਿਆਲ ਅ 11% ਦੇ ਕਰੀਬ ਸੀ 1967 'ਚ ਉਹ ਹੁਣ ਘਟ ਕੇ ਆਪਣਾ ਰਹਿ ਗਈ ਹੈ 2% ਰਹਿ ਗਈ 2.5% ਤੇ ਇਹ ਕੀ ਹੁੰਦਾ ਜਾ ਰਿਹਾ ਹੈ ਕਿ ਵੀ ਐਡੇ-ਐਡੇ ਇਸ਼ੂਜ਼ ਆਈਆਂ ਹਨ ਤੇ ਖਾਸ ਕਰ ਮੋਦੀ ਦੇ ਹਣ ਤੋਂ ਬਾਅਦ ਜਿਸ ਕਿਸਨ ਦਾ ਮਲਕੇ ਮਾਹੌਲ ਬਣ ਰਿਹਾ ਹੈ ਕਾਮਨਲ ਉਹਦੇ ਵਿੱਚ ਵੀ ਹੈਸੀ ਮੌਲਤ ਜਿਹੜੇ ਖੱਬੇ ਪੱਕੀ ਫੋਰਸਿਸ ਹਨ ਉਹਨਾਂ ਨਾਲ ਤਾਂ ਮਾਸਿਸ ਦਾ ਜ਼ਿਆਦਾ ਜੋੜ ਵੜਨਾ ਚਾਹੀਦਾ ਹੈ ਉਹ ਵੜ ਕੀ ਨਹੀਂ ਰਿਹਾ ਸਾਂਝੀ ਵਾਲਤਾ ਦਾ ਰਾਜ ਸਥਾਪਿਤ ਕਰਨ ਦਾ ਸੰਕਲਪ ਦਾ ਸਮਾਂ ਬਹੁਤਾ ਨਹੀਂ ਹੱਲੇ ਹੋਇਆ ਸਮਾਜ ਦੇ ਕੋਟ ਤੇ ਹੱਥ ਤਾਂ ਬਹੁਤ ਲੋਕਾਂ ਨੇ ਰੱਖਿਆ ਪਰ ਸਮਾਜਿਕ ਬਦਲ ਕੇ ਐਸਾ ਸਮਾਜ ਬਣਾਇਆ ਜਾ ਸਕਦਾ ਜਿੱਥੇ ਇਹ ਨਾ ਬਰਾਬਰੀ ਨਹੀਂ ਹੋਏਗੀ ਇਹ ਸੰਕਲਪ ਹੋਏ ਨੂੰ ਹਾਲੇ 200 ਸਾਲ ਨਹੀਂ ਹੋਏ ਪਹਿਲਾਂ ਕਦੀ ਇਤਿਹਾਸ ਵਿੱਚ ਇਹ ਸੰਕਲਪ ਨਹੀਂ ਆਇਆ ਵੀ ਆ ਸਿਸਟਮ ਜੇ ਮਾੜਾ ਤੇ ਚੰਗਾ ਫਿਰ ਕਿਹੜਾ ਹੋਇਆ ਇਹ ਚੰਗਾ ਸਿਸਟਮ ਦੇਣ ਦਾ ਸੰਕਲਪ ਕਾਰਲ ਮਾਰਕਸ ਨੇ ਦਿੱਤਾ ਇਹ ਮਹਾਨਤਾ ਗੱਲ ਉਹਨਾਂ ਦੀ ਆ ਲੇਕਿਨ ਕੋਡ ਨੂੰ ਬਹੁਤ ਲੋਕਾਂ ਨੇ ਨੰਗਿਆ ਕੀਤਾ ਬਾਬੇ ਨਾਨਕ ਜੀ ਨੇ ਨੰਗਿਆ ਕੀਤਾ ਕੋਡ ਨੂੰ ਕਬੀਰ ਜੀ ਨੇ ਕੀਤਾ ਭਗਤੀ ਲਹਿਰ ਨੇ ਬਹੁਤ ਨੰਗਿਆਂ ਕੀਤਾ ਸਮਾਜ ਕਿੰਨਾ ਕੋੜਿਆ ਲੇਕਿਨ ਢਾਂਚਾ ਕਿਹੜਾ ਮੂਰੇ ਆਵੇ ਇਸੇ ਕਰਕੇ ਅਸੀਂ ਮਾਰਸ ਨੂੰ ਕੀ ਗੱਲਾਂ ਦੇ ਗ੍ਰੇਟ ਕਹਿੰਦੇ ਆ ਵੀ ਉਹਨੇ ਕਿਹਾ ਬਾਰ-ਬਾਰ ਵੀ ਮਸਲਾ ਸਮਾਜ ਨੂੰ ਇਕੱਲਾ ਬਿਮਾਰੀ ਨੂੰ ਸਮਝਣ ਦਾ ਨਹੀਂ ਹੈ ਮਸਲਾ ਤਬਦੀਲ ਕਰਨ ਦਾ ਵੀ ਹੈ ਇਸ ਲਈ ਇਹ ਨਵਾਂ ਸੰਗਲਪ ਆ ਨਵਾਂ ਰਾਹ ਆ ਇਹ ਅਨਚਾਰਟਡ ਪਾਥ ਆ ਇਹਨੂੰ ਪਹਿਲਾਂ ਸੀ ਨਹੀਂ ਸੀ ਦੇਖਿਆ ਇਸ ਅਨਚਾਰਟਡ ਪਾਥ ਨੂੰ ਅਨਚਾਰਟਡ ਫਿਲਾਸਫੀ ਨੂੰ ਅਨਚਾਰਟਡ ਮਿਸ਼ਨ ਨੂੰ ਕਾਮਯਾਬ ਕਰਨ ਲਈ ਲਾਜ਼ਮੀ ਉਤਰਾਚੜਾ ਦਾ ਸਾਹਮਣਾ ਕਰਨਾ ਪਏਗਾ ਕੌਣ ਸੋਚਦਾ ਸੀ 70 ਸਾਲਾਂ ਬਾਅਦ ਸੋਵੀਅਤ ਰੂਸ ਟੁੱਟ ਜਾਏਗਾ ਜਿੱਥੇ ਲੋਕਾਂ ਨੂੰ ਜਿਹੜਾ ਰੂਸ ਪਛੜਿਆ ਰੂਸ ਦੁਨੀਆ ਦੀ ਮਹਾਂਸ਼ਕਤੀ ਬਣ ਗਿਆ ਸੀ ਕਿਸੇ ਗੱਲ ਦੀ ਨਾ ਖੇਡਾਂ ਚ ਘਾਟ ਰਹੀ ਨਾ ਲੋਕਾਂ ਦੇ ਸੈਹਸ ਦਾ ਘਾਟ ਰਹੀ ਨਾ ਜਿਹੜਾ ਸਿਸਟਮ ਬਾਹਰ ਬਾਹਰ ਸਪੇਸ ਵਿੱਚ ਹੈ ਉਹਦੇ ਚ ਨੰਬਰ 1 ਦੇ ਕੀ ਹੋ ਗਿਆ ਰੂਸ ਨੂੰ ਲੇਕਿਨ ਕਾਰਨ ਇਹ ਹੋਇਆ ਵੀ ਜਿਹੜੇ ਚੰਗੀਆਂ ਗੱਲਾਂ ਦੇ ਨਾਲ ਜਿਹੜੀਆਂ ਗੱਲਾਂ ਪਹਿਲਾਂ ਅਣਕੇਸੀਆਂ ਸਨ ਉਹਨਾਂ ਨੂੰ ਨਹੀਂ ਪਾਪਿਆ ਸੀ ਪਾਰਟੀ ਨੇ ਉਹ ਜਦੋਂ ਨਹੀਂ ਪਾਪੀਆਂ ਤੇ ਲੋਕਾਂ ਦੀ ਜਿਹੜੀ ਸਮਝਦਾਰੀ ਆ ਉਹਨਾਂ ਤੋਂ ਸਭ ਜੀ ਠੀਕ ਨਹੀਂ ਹੋ ਰਿਹਾ ਹਾਲਾਂਕਿ ਸਾਡੀ ਇਹ ਅਨਚਾਰਟਰਡ ਪਾਥ ਸੀ ਇਸ ਕਰਕੇ ਪ੍ਰੋਪਰਲੀ ਨਹੀਂ ਸਮਝਿਆ ਇਸ ਦਰ ਸਾਡੇ ਭਾਰਤ ਵਿੱਚ ਵੀ ਜੇ ਦੁਨੀਆ ਦੇ ਵਿੱਚ ਕਾਮਨਸ ਲੈਅਰ ਨੂੰ ਦੁਸ਼ਮਣਾਂ ਦਾ ਹੱਲਾ ਤੇ ਸਾਹਮਣਾ ਕਰਨਾ ਪੈ ਰਿਹਾ ਉਹ ਫਿਲਾਸਫੀ ਨੂੰ ਮਾੜਾ ਕਹਿ ਰਿਹਾ ਸਾਰੀ ਦੁਨੀਆ ਸਾਡੇ ਖਿਲਾਫ ਲੱਗੀ ਆ ਉਹਦਾ ਅਸਰ ਪੰਜਾਬ ਭਾਰਤ ਦੀ ਧਰਤੀ ਤੇ ਵੀ ਪਿਆ ਭਾਰਤ ਦੇ ਧਰਤੀ ਤੇ ਕਾਮਨਿਸਟਾਂ ਦੀ ਕੁਰਬਾਨੀ ਬਾਰੇ ਕੋ ਕਦੇ ਵੀ ਇਹਨਾਂ ਨੇ ਕਦੀ ਕੋਈ ਮੌਤ ਨੂੰ ਜੱਫੀ ਨਹੀਂ ਪਾਈ ਭਗਤ ਸਿੰਘ ਨੇ ਔਰ ਅਖੀਰ ਚ ਆ ਕੇ ਕੋਈ ਧਰਮਗਰੰਥ ਨਹੀਂ ਸੀ ਪੜਦਾ ਉਹ ਕਾਮਰਸ ਵਿਚਾਰਤਾਂ ਨੂੰ ਸਟੱਡੀ ਕਰ ਰਿਹਾ ਸੀ ਗਦਰੀ ਬਾਬੇ ਬਰਾਬਰਤਾ ਦਾ ਨਾਰਾ ਲਾ ਕੇ ਭਾਰਤ ਨੂੰ ਗਏ ਆਜ਼ਾਦੀ ਦੇ ਨਾਲ ਬਰਾਬਰਤਾ ਚਾਹੀਦੀ ਹੈ ਜਿਹੜੇ ਗਦਰੀ ਬਚੇ ਜਿਉਂਦੇ ਰਹਿ ਗਏ ਉਹਨਾਂ ਨੇ ਆਪਣੀ ਜ਼ਿੰਦਗੀ ਤੱਕ ਇੱਕ ਸਰਵ ਗਦਰੀ ਵੱਡਾ ਵੱਡਾ ਜਿਹੜੇ ਇੱਥੇ ਸੀ ਸਾਡੇ ਬਜ਼ੁਰਗ ਸਭ ਤੋਂ ਟੋਪੀ ਵਾਲੇ ਸਤਿਕਾਰਨਾ ਮੈਂ ਨਾਮ ਚੇਤਾ ਮੇਰੇ ਵਸਰੀਆ ਬਾਕੀ ਸਾਰੇ ਗਦਰੀ ਇਸ ਵਿਚਾਰਧਾਰਾ ਨਾਲ ਤੁਰੇ ਰਹੇ ਬਾਬਾ ਕਰਮ ਸੋਚੀ ਮਾਂ ਬਾਬਾ ਪਾਕ ਸਿੰਘ ਕੈਨੇਡੀਅਨ ਫਿਰ ਬਾਬਾ ਗੁਰਮukh ਸਿੰਘ ਹੋਰੀ ਬਾਬਾ ਪਾਕਸੂ ਬਿਲਗੇ ਹੋਰੀ ਇਹ ਸਾਰੇ ਲੋਕ ਜਿਹੜੇ ਆ ਇਸ ਵਿਚਾਰਧਾਰਾ ਕਾਰਨ ਇਹ ਆ ਵੀ ਇੱਕ ਵਿਚਾਰਧਾਰਾ ਤ੍ਰਸ ਵਿਚਾਰਧਾਰਾ ਸੀ ਪਰ ਅਸੀਂ ਇਹ ਕੱਲ ਮੰਨਣ ਨੂੰ ਤਿਆਰ ਆਂ ਕਿ ਇੱਕ ਨਵਾਂ ਫਲਸਫਾ ਹੋਣ ਕਰਕੇ ਅਸੀਂ ਲੋਕਾਂ ਨੂੰ ਉਹ ਫਲਸਫੇ ਬਾਰੇ ਪੂਰੀ ਜਾਣਕਾਰੀ ਠੀਕ ਟੰਗਣਾ ਨਹੀਂ ਦੇ ਸਕੇ ਅਸੀਂ ਨਹੀਂ ਦੱਸ ਸਕਦੇ ਅਸੀਂ ਕੀ ਕਰਨਾ ਚਾਹੁੰਦੇ ਆਂ ਅਸੀਂ ਇਹ ਗੱਲ ਨੂੰ ਥੋੜ੍ਹਾ ਜਿਹਾ ਅੰਡਰਟੇਕ ਕੀਤਾ ਆ ਤੇ ਭਾਰਤ ਦਾ ਸੱਭਿਆਚਾਰ ਸਮਝੇ ਬਿਨਾ ਅਸੀਂ ਭਾਰਤ ਤੇ ਪੰਜਾਬ ਦੀ ਧਰਤੀ ਤੇ ਆਪਣੀ ਲਹਿਰ ਨਹੀਂ ਵਧਾ ਸਕਦੇ ਅਸੀਂ ਸਮਾਜਿਕ ਤਾਣੇ ਬਾਣੇ ਨੂੰ ਸਮਝੇ ਤੋਂ ਬਿਨਾ ਦੇਸ਼ ਅੰਦਰ ਇਨਕਲਾਬੀ ਤਬਦੀਲੀ ਨਹੀਂ ਕਰ ਸਕਦੇ ਇਸ ਲਈ ਅਸੀਂ ਉਹਤੇ ਪੁੱਲ ਕੀਤੀ ਬਾਕੀ ਪਾਰਟੀਆਂ ਸਫਲ ਇਸ ਕਰਕੇ ਹੋ ਜਨੀਆਂ ਛੇਤੀ ਉਹਨਾਂ ਨੇ ਪੁਰਾਣੇ ਢਾਂਚੇ ਵਿੱਚ ਰਹਿ ਕੇ ਕੰਮ ਕਰਨਾ ਹੁੰਦਾ ਨਵਾਂ ਢਾਂਚਾ ਨਹੀਂ ਸਿਰਜਣਾ ਹੁੰਦਾ ਅਸੀਂ ਇੱਕ ਨਵਾਂ ਪਾਥ ਚੁਣ ਰਹੇ ਹਾਂ ਜ਼ਿੰਦਗੀ ਦਾ ਜਿਹੜਾ ਇਤਿਹਾਸ ਵਿੱਚ ਕਦੀ ਵੀ ਨਹੀਂ ਆਇਆ ਗੁਲਾਮਦਾਰੀ ਤੋਂ ਬਾਅਦ ਜਗੀਰਦਾਰੀ ਆਇਆ ਉਦੋਂ ਵੀ ਬਰਾਬਰਤਾ ਨਹੀਂ ਸੀ ਹੈ ਜਗੀਰਦਾਰੀ ਤੋਂ ਬਾਅਦ ਸਰਮਾਇਅਦਾਰੀ ਆਈ ਉਦੋਂ ਵੀ ਬਰਾਬਰਤਾ ਨਹੀਂ ਸੀ ਪਰ ਜਿਹੜਾ ਸੰਕਲਪ ਅਸੀਂ ਲੈ ਕੇ ਆਏ ਆ ਕਿ ਇਸ ਸਰਮਾਇਅਦਾਰੀ ਤੋਂ ਬਾਅਦ ਬਰਾਬਰਤਾ ਵਾਲਾ ਸਮਾਜ ਰਚਣਾ ਹੈ ਇਹ ਬਿਲਕੁਲ ਇੱਕ ਨਵਾਂ ਰਾਹ ਆ ਇਹ ਤੇ ਤੁਰਦਿਆਂ ਵਾਅਦਾ ਕਾਟਾ ਹੁੰਦਾ ਆ ਮੈਂ ਸਮਝਦਾ ਵੀ ਸ਼ਾਇਦ ਇਹ ਸਮਝਾਂਗੇ ਤਾਂ ਫੇਰ ਕਾਮਰਸ ਲਹਿਰ ਦਾ ਉਤਰਾ ਚੜਾ ਸਮਝਿਆ ਜਾ ਸਕਦਾ ਆ ਇਹ ਦੇਖੋ ਭਾਰਤ ਦੇ ਵਿੱਚ ਆਪਾਂ ਦੇਖਦੇ ਆਂ ਵੀ ਗਰੀਬ ਜਨਤਾ ਬਹੁਤ ਆ ਪਰ ਕੀ ਵਜ੍ਹਾ ਕੀ ਹੈਗੀ ਆ ਵੀ ਜਿਹੜੇ ਉਹ ਵੀ ਇਹ ਕੈਪੀਟਲਿਸਟ ਸਿਸਟਮ ਦੇ ਵਿੱਚ ਹੀ ਰਹਿ ਕੇ ਖੋਸ਼ ਹੈ ਦੂਸਰੀਆਂ ਪਾਰਟੀ ਜਿਹੜੀ ਕਮਨ ਜਦੋਂ ਨਾਂ ਸੁਣਦੇ ਆ ਲੋਕ ਦੂਰ ਨੂੰ ਨੱਠਦੇ ਆ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਹੈ ਵੀ ਤੁਸੀਂ ਉਹਨੂੰ ਸਮਾਜ ਨੂੰ ਸਮਝੇ ਤੋਂ ਬਿਨਾਂ ਹੀ ਜਿਹੜਾ ਆ ਵੀ ਜੇ ਅਸੀਂ ਕੋਈ ਨਵੀਂ ਚੀਜ਼ ਲਿਆਉਣੀ ਚਾਹੁੰਦੇ ਉਹ ਨਹੀਂ ਲੈਣਗੇ ਸੋ ਕੋਈ ਉਹਦੇ ਬਾਰੇ ਗਾਂ ਕੋਈ ਹੈ ਵੀ ਉਹਨੂੰ ਕਿਵੇਂ ਸਮਝਿਆ ਜਾਵੇ ਜਿਹੜਾ ਪੂੰਜੀਵਾਦੀ ਪ੍ਰਬੰਧ ਹੈ ਜਾਂ ਕੋਈ ਵੀ ਲੁਟੇਰਾ ਪ੍ਰਬੰਧ ਹੈ ਉਹ ਤੁਹਾਨੂੰ ਕੱਲਾ ਆਰਥਿਕ ਤੌਰ ਤੇ ਹੀ ਸਮਾਜਿਕ ਤੌਰ ਤੇ ਨੀਂਦ ਨੀਂਪੀੜਦਾ ਉਹ ਤੁਹਾਨੂੰ ਜ਼ਿਹਨੀ ਤੌਰ ਤੇ ਵੀ ਪੁਚੜਾ ਦਿੰਦਾ ਹੈ ਜ਼ਿਹਨੀ ਤੌਰ ਤੇ ਵੀ ਮਾਰ ਦਿੰਦਾ ਹੈ ਪੂੰਜੀਵਾਦ ਨੇ ਜਗੀਰਦਾਰੀ ਸਿਸਟਮ ਨੇ ਸਾਡੀ ਮਾਨਸਿਕਤਾ ਉੱਤੇ ਵੀ ਬਹੁਤ ਮਾਰੂ ਅਸਰ ਪਾਇਆ ਸਾਨੂੰ ਸਮਝ ਇਦਾਂ ਮਤਲਬ ਹੋ ਗਿਆ ਕਿ ਜਿਵੇਂ ਅਸੀਂ ਸੱਚਾਈ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਕਰ ਰਹੇ ਸਵੈ ਮਾਨ ਸਾਡੇ 'ਚ ਮੁੱਕ ਰਿਹਾ ਇਸ ਸਵੈ ਮਾਨ ਸਾਡੇ 'ਚ ਨਹੀਂ ਮੁੱਕਿਆ ਇੱਕ ਪ੍ਰਬੰਧ ਨੇ ਸਾਡਾ ਸਵੈ ਮਾਨ ਮੁਕਾ ਦਿੱਤਾ ਅਸੀਂ ਸ਼ਿਕਾਰ ਹੋ ਗਏ ਲੋਕੀ ਕੰਡੀਸ਼ਨਡ ਹੋ ਗਏ ਵੇ ਜਾ ਰਾ ਕੋਈ ਨਵੀਂ ਲੜਾਈ ਲੜਨ ਵਾਲਾ ਹੇ ਚੋਨਾ ਚ 500 ਰੁਪਏ ਦੀ ਸ਼ਰਾਬ ਮਿਲ ਗਈ ਮੇਰਾ ਮਹੀਨਾ ਲੰਘ ਜਾਏਗਾ ਜਾਂ ਕੋਈ ਮੈਂ ਕਹਿ ਕੇ ਵੀ ਜੇ ਲੰਗਰ ਖਾ ਕੇ ਮੇਰਾ ਸਰਦਾ ਆਇਆ ਤੇ ਮੈਂ ਕਾਹਨੂੰ ਇਸ ਗੱਲ ਤੇ ਲੜਾਂ ਵੀ ਮੈਂ ਚੰਗੀ ਘਰ ਰੋਟੀ ਖਾ ਮਾ ਚਲੋ ਮੇਰਾ ਇੰਨਾ ਸਮਾਂ ਤਾਂ ਨਿਕਲਦਾ ਹੀ ਹੈ ਨਾ ਇਸ ਤਰ੍ਹਾਂ ਦੀ ਜਿਹੜੇ ਕੰਡੀਸ਼ਨਡ ਹੋ ਗਏ ਲੋਕ ਉਹਨਾਂ ਨੂੰ ਉਸ ਕੰਡੀਸ਼ਨ ਤੋਂ ਬਾਹਰ ਕੱਢ ਕੇ ਇੱਕ ਸਵੈ ਮਾਨ ਦੀ ਜ਼ਿੰਦਗੀ ਜੀਣ ਲਈ ਤਿਆਰ ਕਰਨਾ ਇਹ ਸੱਚੀ ਮੂਚੀ ਬਹੁਤ ਵੱਡਾ ਮੁਸ਼ਕਲ ਕੰਮ ਹੈ ਇਹ ਮੈਂ ਮੰਨਦਾ ਇਹਨੂੰ ਔਰ ਮੈਂ ਇਹਦੀ ਸਪਸ਼ਟੇਕ ਉਦਾਹਰਣ ਦੇਣਾ ਹੈ ਵੇਸੀ ਕਮਨਿਸਟਾ ਹਾਲੇ 100 ਸਾਲ ਭਾਰਤ ਜੀ ਬਣਿਆ ਨ ਹੋਇਆ ਭਾਰਤ 1925 ਚ ਪਾਰਟੀ ਬਣੀ ਆ ਹੁਣ ਇਸ ਵੇਲੇ 2025 ਨਹੀਂ ਆਇਆ ਉਹ ਜਿਹੜੀ ਹੁਣ ਰਾਜ ਕਰਦੇ ਉਹ ਵੀ ਤਾਂ ਉਦੋਂ ਕੀ ਬਣੀ ਹਾਂ ਮੈਂ ਇਹ ਕਹਿ ਰਿਹਾ ਬਿਲਕੁਲ ਮੈਂ ਇਹੀ ਕਹਿਣਾ ਚਾਹੁੰਦਾ ਵੀ ਕੋ ਨਾਨਕ ਦੇਵ ਜੀ ਦਾ 500 ਸਾਲ ਪੁਰਾਣਾ ਫਲਸਫਾ ਸਾਡੀ ਪੰਜਾਬ ਦੀ ਧਰਤੀ ਤੇ ਪੈਦਾ ਹੋਇਆ ਇਹ ਹੀ ਉਹਨਾਂ ਦੀ ਕਰਮ ਭੂਮੀ ਰਿਹਾ ਗੱਲਾਂ ਇੰਨੀਆਂ ਕਮਾਲ ਦੀਆਂ ਕਹੀਆਂ ਵੀ ਸਾਡੀ ਜ਼ਿੰਦਗੀ ਬਦਲ ਸਕਦੀਆਂ ਮੈਨੂੰ ਤੁਹਾਡੇ ਆਪਾਂ ਸਾਰੇ ਸਵਾਲ ਕਰ ਸਕਦੇ ਲੋਕਾਂ ਨੂੰ ਇੱਕ ਦੱਸੋ ਲੋਕੋ ਪੰਜਾਬ ਦੇ ਉਹ ਪੇ ਅਸੀਂ ਬਾਬੇ ਨਾਨਕ ਦੇ ਫਲਸਫੇ ਨੂੰ ਇੱਕ ਨੂੰ ਵੀ ਲਾਗੂ ਨੁਕਤੇ ਨੂੰ ਕੀਤਾ ਆ ਇੱਕ ਨੁਕਤੇ ਨੂੰ ਮੈਂ ਨਹੀਂ ਕਿੰਦਾ 100 ਨੁਕਤੇ ਲਾਗੂ ਕਰੀਏ ਜਿਹਨੂੰ ਸੇ ਇਨਾ ਸਤਕਾਰ ਦਿੰਦੇ ਆ ਮੱਥਾ ਠੇਕਦੇ ਆ ਉਹਦੇ ਜਗ੍ਹਾ ਹੀ ਨਹੀਂ ਬਣਾਤੀਆਂ ਤੇ ਕਿਹੜਾ ਫਲਸਫਾ ਉਹਨਾਂ ਦਾ ਆ ਉਹ ਤੇ ਕੋ ਦੱਸੇ ਬਹਿ ਕੇ ਬੇਜ਼ਾਤ ਪਾਤ ਦੇ ਮਸਲੇ ਤੇ ਔਰਤਾਂ ਦੇ ਮਸਲੇ ਤੇ ਪਸ਼ਾਕੜੀ ਵਿਚਾਰਾਂ ਦੇ ਮਸਲੇ ਤੇ ਬਹਿਮ ਪ੍ਰਸਤੀ ਦੇ ਮਸਲੇ ਅਸੀਂ ਕੀਤਾ ਕੁਛ ਬਹਿ ਕੇ ਅੱਗੇ ਨਾਲੋਂ ਜ਼ਿਆਦਾ ਬਹਿਮ ਚ ਫਸੇ ਹੋਏ ਆ ਇਸ ਲਈ ਮੈਂ ਇਹ ਨਾ ਨਾਨਕ ਦਾ ਫਲਸਫਾ ਥੋੜੀ ਗਲਤ ਹੋ ਗਿਆ ਕਾਰਨਯਾ ਨਾਨਕ ਦਾ ਫਲਸਫਾਕ ਨਵੀਂ ਜ਼ਿੰਦਗੀ ਦੇਣ ਦੀ ਗੱਲ ਕਰਦਾ ਸੀ ਉਹਨੂੰ ਅਸੀਂ ਆਦੀ ਨਹੀਂ ਹਾਂ ਅਸੀਂ ਪੁਰਾਣੇ ਢਾਂਚੇ 'ਚ ਬਹਿ ਕੇ ਹੀ ਵੀ ਗਰੀਬੀ ਮੇਰੀ ਪ੍ਰਮਾਤਮਾ ਦੀ ਦੇਣ ਹੈ ਜਰਾ ਜਿੱਦਾਂ ਹੈ ਕਿ ਸ਼ੁਕਰ ਦੀ ਰੋਟੀ ਖਾਈ ਚੱਲੋ ਜੇ ਮੈਂ ਉਹ ਚਾਰ ਪੈਸੇ ਮੇਰੇ ਕੋਲੇ ਆ ਪ੍ਰਮਾਤਮਾ ਦੀ ਮੇਰੇ ਤੇ ਮਿਹਰ ਆ ਬਾਦਲ ਉਹਨੇ ਕਹਿਣਾ ਵੀ ਸੱਚੇ ਪਾਤਸ਼ਾਹ ਦੀ ਮੇਰੇ ਤੇ ਮਿਹਰ ਆ ਮੇਰਾ ਟੱਬਰ ਹੀ ਸਾਰਾ ਮੰਤਰੀਆਂ ਦਾ ਬਣਾ ਦਿੱਤਾ ਤੇ ਕਿਸੇ ਮੇਰੇ ਵਰਗੇ ਨੇ ਕਹਿਣਾ ਵੀ ਫੇਕਰੂਪੀ ਤਾਂ ਸਾਡੇ ਤੇ ਹੋਈ ਨਾ ਇਹਨੂੰ ਕੋਈ ਰੋਟੀ ਵੀ ਨਹੀਂ ਖਾਣ ਨੂੰ ਮਿਲਦੀ ਉਸ ਲਈ ਜਿਹੜਾ ਇਹ ਇੱਕ ਨਾ ਮਤਲਬ ਲੋਕਾਂ ਦੀ ਮਾਨਸਿਕਤਾ ਆ ਇਹ ਮਤਲਬ ਇੱਕ ਜ਼ਰੂਰ ਸਮਝਣ ਦੀ ਆ لازਮੀ ਇਹਦੇ ਚ ਲੰਮਾ ਸਮਾਂ ਲੱਗਦਾ ਆ ਤੇ ਟੋਟਲ ਇੰਡੀਆ ਲੈਵਲ ਤੇ ਜਿਸ ਤਰ੍ਹਾਂ ਕਿ 70 ਸਾਲ ਤੋਂ ਬੀਜੇਪੀ ਦਾ ਰੂਲ ਹੈ ਤੇ ਉਹਨਾਂ ਨੇ ਆਂਦੀ ਪ੍ਰਧਾਨ ਮੰਤਰੀ ਲਿਖਿਆ ਕਿ ਅਸੀਂ ਮੇਕ ਇਨ ਇੰਡੀਆ ਇਹ ਮੇਕ ਇਨ ਇੰਡੀਆ ਤੇ ਕੀ ਸੋਚ ਹੈ ਕਿ ਜਿੱਦੀ وجہ ਨਾਲ ਅੱਜ ਇਹਟ੍ਰਡ ਹਿੰਟੋਲਰੈਂਸ ਤੇ ਸਾਰੇ ਦੇਸ਼ ਦੇ ਵਿੱਚ ਉਥਲ ਪੁਥਲ ਮੀਚੀ ਹੋਈ ਹੈ ਕੀ ਉਹਦੇ ਨਾਲ ਹੀ ਹੁਣ ਕੋਈ ਗੁਜ਼ਾਰਾ ਲੋਗਾਂ ਨੂੰ ਕਰਨਾ ਪਊਗਾ ਜਾਂ ਕੁਝ ਕ੍ਰਾਂਤੀ ਆਏਗੀ ਅਸਲ 'ਚ ਮੇਗਨ ਇੰਡੀਆ ਦਾ ਜੇ ਤੁਸੀਂ ਮਾਹੌਲ ਨਾ ਕਹਿਣਾ ਹੋਵੇ ਤੇ ਇਹਹੀ ਮੇਗਨ ਇੰਡੀਆ ਉਹ ਕਰਨਾ ਚਾਹੁੰਦਾ ਆ ਜਿੱਥੇ ਵਿਹਮ ਪ੍ਰਸਤੀ ਸਿਰੇ ਤੇ ਹੋਵੇ ਹਰਦਵਾਰ ਦੇ ਵਿੱਚ ਨਾਗੇ ਸਾਧੀ ਸਾਧ ਜਿਹੜੇ ਕੁਛ ਨਹੀਂ ਕਰਦੇ ਸਮਾਜ ਬਾਬੇ ਨਾਨਕ ਜਿਹਨੂੰ ਵੀ ਲੜਕੇ ਆ ਵੀ ਇਹ ਕਰਦੇ ਕੀ ਆ ਰੋਟੀਆਂ ਸਾਡੇ ਘਰਾਂ ਚੋਂ ਖਾਂਦੇ ਆ ਕਿਤੇ ਲੋਕਾਂ ਨੂੰ ਭੁਲੇਖਾ ਪਾਉਂਦੇ ਆ ਉਹਨਾਂ ਨਾਂ ਦੇ ਦੇ ਸਾਧੂਆਂ ਦੀਆਂ ਫੋਟੋਆਂ ਲੋਕਾਂ ਨੂੰ ਘੰਟਿਆਂ ਵੱਧੀ ਦਿਖਾ ਰਹੇ ਆ ਇਹ ਉਹਦਾ ਜਿਹੜਾ ਭਾਰਤ ਉਹਦਾ ਇਹ ਆ ਉਹਦਾ ਭਾਰਤ ਆ ਵੀ ਲੋਕੀ ਫੇਰ ਮੁੜ ਕੇ ਉੱਥੇ ਪਹੁੰਚ ਜਾਣ ਜਿੱਥੇ ਮੱਧ ਯੁੱਗ ਚੁੰਦੇ ਸੀ ਸਵਾਲ ਨਾ ਕਰਨ ਸਵਾਲ ਨਾ ਕਰਨ ਇੱਕ ਤਾਂ ਹੋਇਆ ਕਿੰਤੂ ਕਰੋ ਤੁਸੀਂ ਬੰਗੇ ਕਿਉਂ ਪੁੱਛੋ ਬਹਿ ਕੇ ਵੀ ਬਿਜਲੀ ਕਿਉਂ ਜਗਦੀ ਆ ਇਹ ਕਿਉਂ ਪੁੱਛੋ ਗਰੀਬੀ ਮਰੀ ਦਾ ਪਾੜਾ ਕਿਉਂ ਉੱਥੇ ਲਿਜਾਣਾ ਚਾਹੁੰਦਾ ਉਹ ਇਸ ਲਈ ਮੈਂ ਸਮਝਦਾ ਵੀ ਇਹ ਉਹ ਸਾਰੇ ਦੇਹ ਚ ਕਰ ਰਿਹਾ ਔਰ ਉਹਨੇ ਸਾਰੀ ਮਸ਼ੀਨਰੀ ਉਹਨੇ ਲਾਤੀ ਛੋਹ ਦਿੱਤੀ ਆ ਪੈਸਾ ਝੋਕ ਦਿੱਤਾ ਪੈਸੇ ਦਾ ਸਾਹਬ ਕੋਈ ਨਹੀਂ ਦਿੰਦਾ ਸਾਰਾ মিডিਆ ਲੱਗਾ ਹੋਇਆ ਕੁਝ মিডিਆ ਨੂੰ ਛੱਡ ਦਿੰਨਾ ਮੈਂ ਨੰਬਰ 2 ਸਾਰੀ ਇੰਸਟੀਚਿਊਨ ਲੱਗੇ ਹੋਏ ਆ ਸਾਡਾ ਵਿਦਿਕ ਢਾਂਚਾ ਚੇਂਜ ਕੀਤਾ ਜਾ ਰਿਹਾ ਨਵਾਂ ਸਾਡਾ ਇਤਿਹਾਸ ਰਚਿਆ ਜਾ ਰਿਹਾ ਜਿਹੜਾ ਇਤਿਹਾਸ ਸਾਡਾ ਨਹੀਂ ਹੈ ਮਥਿਆਸ ਨੂੰ ਇਤਿਹਾਸ ਬਣਾਇਆ ਜਾ ਰਿਹਾ ਇਤਿਹਾਸ ਨੂੰ ਮਥਿਆਸ ਬਣਾਇਆ ਜਾ ਰਿਹਾ ਇਹ ਸਾਰੇ ਖਤਰੇ ਆ ਪਰ ਮੈਂ ਜਿਵੇਂ ਤੁਸੀਂ ਸਵਾਲ ਕੀਤਾ ਵੀ ਇਹ ਗੱਲ ਮਾੜੇ ਪਾਸੇ ਜਾਊਗੀ ਕਿ ਚੰਗੇ ਜੇ ਤਾਂ ਅਸੀਂ ਸਮਝ ਸਕੇ ਸਲਾਤ ਨੂੰ ਫੇ ਤਾਂ ਇਹ ਜਦਾਂ ਸੰਗਰੂਰ ਵਿੱਚ ਰਥ ਰੋਕ ਲਿਆ ਨਾ ਆਪ ਵਾਲਿਆਂ ਦਾ ਦੇਸ਼ ਪਰਵ ਵਿੱਚ ਮੋਦੀ ਦਾ ਰੱਥ ਵੀ ਰੋਕਿਆ ਜਾ ਸਕਦਾ ਇਹ ਮੈਂ ਮੇਰਾ ਪੂਰਾ ਭਰੋਸਾ ਹੈ ਕਿਉਂਕਿ ਸ਼ਕਤੀਆਂ ਮੌਜੂਦ ਆ ਦੇਸ਼ ਵਿੱਚ ਜਿਨ੍ਹਾਂ ਨੇ ਸਰਕਾਰਪਸੀ ਟੱਕਰ ਕਰਨ ਦੀ ਸਮਰੱਥਾ ਜਨਨ ਚਾ ਘਟ ਗਿਣਤੀ ਲੋਕ ਆ ਸੂਬਿਆਂ ਦੇ ਅਧਿਕਾਰਾਂ ਦੇ ਹਮੀ ਆਟੋਨੋਮੀ ਵਾਲੇ ਲੋਕ ਬਹੁਤ ਵੱਡੇ ਬੈਠੇ ਆ ਦਲ ਸਮਾਜ ਬਹੁਤ ਵੱਡੀ ਗਿਣਤੀ ਆ 50% ਔਰਤਾਂ ਦੀ ਆਬਾਦੀ ਆ ਜਿਨ੍ਹਾਂ ਨੂੰ ਮੋਦੀ ਮਾਰ ਖਾਣ ਲਈ ਜੰਮੀਆਂ ਕਹਿ ਰਿਹਾ ਜਿਹੜੀਆਂ ਬਰਾਬਰ ਦੀਆਂ ਹੈ ਹੀ ਨਹੀਂ ਸਾਡੇ ਫਿਰ ਨੰਬਰ 2 ਤੁਹਾਡੇ ਵਰਗੇ ਜਿਹੜੇ ਪ੍ਰੋਗਰੈਸਿਵ ਲੋਕ ਆ ਧਰਮਦੇਵ ਦੇ ਪ੍ਰੋਸ ਲੋਕਾਂ ਦੇ ਵਿਚਾਰਤ ਆ ਰਾਇਆ ਇਹ ਸਾਰੀਆਂ ਸ਼ਕਤੀਆਂ ਉਹ ਹੈ ਜੇ ਲੋਕ ਇਕੱਠੇ ਕਰ ਲਿਆ ਜਾਵੇ ਤੇ ਮੈਂ ਸਮਝਦਾ ਮੇਰਾ ਪੂਰਾ ਭਰੋਸਾ ਹੈ ਕਿ ਮੋਦੀ ਦੇ ਇਸ ਮਾਰੂ ਰਥ ਨੂੰ ਰੋਕਿਆ ਜਾ ਸਕਦਾ ਜਿਸ ਤਰ੍ਹਾਂ 2 ਸਾਲ ਪਹਿਲਾਂ ਹੀ ਆਪਣਾ ਬਾਬਰੀ ਮਸਜਿਦ ਦਾ ਕੇਸ ਜਿਹੜਾ ਹੈ ਉਹਨਾਂ ਨੇ 2020 ਚ ਖਤਮ ਕਰਤਾ ਜਿਹੜੇ 32 ਕਸੂਰਬਾਹਰ ਸੀ ਉਹਨਾਂ ਨੂੰ ਬਰੀ ਕਰਤਾ ਤੇ ਹੁਣੇ 2 ਦਿਨ ਪਹਿਲਾਂ ਮੋਦੀ ਨੂੰ ਬਰੀ ਕਰਤਾ ਉਹਨਾਂ ਨੇ 2002 ਦੇ ਜਿਹੜੇ ਗੁਜਰਾਤ ਦੇ ਦੰਗੇ ਸੀ ਹਰ ਤੀਸ ਦਾ ਸੀਤਲਵਾੜ ਨੂੰ ਗ੍ਰਿਫਤਾਰ ਕਰ ਲਿਆ ਹਾਂ ਗ੍ਰਿਫਤਾਰ ਕਰ ਲਿਆ ਅੱਜ ਸੋਨੀਆ ਗਾਂਧੀ ਦੇ ਬਾਰੇ ਵੀ ਹੈ ਵੀ ਸੀਤਲਵਾੜ ਨੂੰ ਉਹਨੇ ਹੀ ਮਤਲਬ ਕਿ ਪ੍ਰਮੋਟ ਕੀਤਾ ਤੇ ਮਤਲਬ ਕਿ ਇੰਨਾ ਕੁਝ ਹੁੰਦਾ ਹੈ ਲੇਕਿਨ ਘੱਟ ਤੇ ਘੱਟ ਜਿਹੜੀ ਮੈਂ ਇਹ ਸਮਝਦਾ ਵੀ ਜਿਹੜੀ ਪ੍ਰੋਗਰੈਸਿਵ ਪਾਰਟੀਆਂ ਹੈ ਪਾਰਟੀਆਂ ਉਹ ਸੜਕ ਤੇ ਕਿਉਂ ਨਹੀਂ ਆਉਂਦੀਆਂ ਕੋਈ ਅੰਦੋਲਨ ਕਿਉਂ ਨਹੀਂ ਕਰਦੀਆਂ ਇਹ ਇਸ਼ੂ ਲੈ ਕੇ ਕਿ ਸਾਡੀ ਜਿਹੜੀ ਜੁਡਿਸ਼ਰੀ ਹੈ ਉਹ ਹੀ ਡੁੱਬਦੀ ਜਾ ਰਹੀ ਹੈ ਹਾਂਜੀ ਇਸ ਲਈ 2017 ਚ ਨੇ ਪਹਿਲੀ ਵਾਰ ਜਦੋਂ ਆਪਣਾ ਇਲੈਕਸ਼ਨ ਬਾਉਂਡਸ ਲੈ ਕੇ ਆਇਆ ਉਸ ਤੋਂ ਬੜੀ ਰਿਸ਼ਵਤ ਹੋਰ ਕੀ ਹੋ ਸਕਦੀ ਹੈ ਕਿ ਹਜ਼ਾਰਾਂ ਕਰੋੜਾਂ ਰੁਪਇਆ ਜਿਹੜਾ ਹੈ ਬਗੈਰ ਨਾਮ ਤੋਂ ਲੱਤਾ ਦਿੱਤਾ ਜਾ ਰਿਹਾ ਹੈ ਅਰ ਇਲੈਕਸ਼ਨ ਲੜੀ ਜਾ ਰਹੀ ਹੈ ਮੈਂ ਪਿੱਛੇ ਜਿਹੋ ਉਹਨਾਂ ਦਿਨਾਂ ਚ ਨਿਊਯਾਰਕ ਟਾਈਮ ਚ ਪੜਿਆ ਸੀ ਕਿ ਸ਼ਾਇਦ 55000 ਕਰੋੜ ਦੇ ਕਰੀਬ ਇਹਨਾਂ ਲੋਕਾਂ ਨੇ ਮਲ ਕੇ ਆ ਪਿੱਛੇ 2019 ਦੇ ਇਲੈਕਸ਼ਨ ਤੇ ਖਰਚ ਕੀਤਾ ਤੇ ਪਾਰਟੀਆਂ ਇਹ ਜੇ ਸਵਾਲ ਨੂੰ ਲੈ ਕੇ ਲੋਕਾਂ ਨੂੰ ਮਲਕੇ ਜਿਵੇਂ ਹੁਣ ਕਿਸਾਨੀ ਅੰਦোলন ਹੋਇਆ ਉਹ ਇਹੋ ਜਿਹਾ ਮੋਮੈਂਟਮ ਕਿਉਂ ਨਹੀਂ ਕ੍ਰੀਏਟ ਕਰ ਪਾਉਂਦੀਆਂ ਹਰੇ ਕਦੋਂ ਹੋਊਗਾ ਇਹ ਤੁਸੀਂ ਉਹਨਾਂ ਪਾਰਟੀਆਂ ਬਾਰੇ ਸੋਚ ਰਹੇ ਹੋਵੇ ਕਿਉਂ ਨਹੀਂ ਮੋਮੈਂਟਮ ਕ੍ਰੀਏਟ ਕਰ ਲਈਆਂ ਜਿਨ੍ਹਾਂ ਨੇ ਦਿੱਲੀ ਦਾ ਕਿਸਾਨ ਅੰਦোলন ਪੈਦਾ ਕੀਤਾ ਯਾ ਜੀ ਬਿਲਕੁਲ ਉਹ ਸਾਰੇ ਸ਼ਾਮਿਲ ਸੀ ਸਾਰੇ ਸ਼ਾਮਿਲ ਸੀ ਇਸ ਲਈ ਇਸ ਲਈ ਮੈਂ ਸਮਝਦਾ ਕਿ ਜਦੋਂ ਪ੍ਰਾਪਰ ਮੌਕਾ ਆਉਂਦਾ ਜਦੋਂ ਲੋਕਾਂ ਦੀ ਸਮਝਦਾਰੀ ਗੱਲ ਕੋ ਪੈ ਜਾਂਦੀ ਹੈ ਫਿਰ ਉਹ ਵੱਡੀਆਂ ਵੱਡੀਆਂ ਗੱਲਾਂ ਕਰ ਦਿੰਦੇ ਆ ਇਸ ਲਈ ਜਦੋਂ ਕਿਸਾਨ ਅੰਦੋਲਨ ਬਾਰੇ ਮਸਲਾ ਆ ਗਿਆ ਵੀ ਮੇਰੀ ਜ਼ਮੀਨ ਵੀ ਗਈ ਤਾਂ ਫਿਰ ਜਿੱਦਾਂ ਉਹ 1 ਸਾਲ ਤੱਕ ਲੜੇ ਲੋਕ ਪੰਜਾਬ ਦੇ ਤੇ ਦੇਸ਼ ਦੇ ਉਹ ਤੁਹਾਡੀ ਸ਼ਲਾਘਾ ਦੇ ਪਾਤਰ ਸਾਡੀ ਸਾਰਿਆਂ ਦੀ ਜੀ ਉਹਦੇ ਇਕੱਲਾ ਸਾਡਾ ਦੀ ਕਿਸਾਨੀ ਦਾ ਨਹੀਂ ਇਕੱਲਾ ਲੋਕਾਂ ਦੇ ਜੋਤ ਚਖਾਈ ਵੀ ਤੁਸੀਂ ਵੀ ਲੜ ਸਕਦੇ ਹੋ ਔਰ ਵੱਡਾ ਕੰਮ ਕਰਕੇ ਦਿਖਾਇਆ ਵੀ ਨਹੀਂ ਚੁਕਾਇਆ ਵੀ ਜਾ ਸਕਦਾ ਮੋਦੀ ਨੂੰ ਇਸ ਲਈ ਉਹ ਸ਼ਕਤੀਆਂ ਅੱਜ ਵੀ ਉਹ ਏਜੰਡੇ ਤੇ ਲੋਕਾਂ ਦੇ ਤਾਂ ਨਹੀਂ ਆਉਣ ਦਿੰਦੇ ਕਿਉਂਕਿ ਮੀਡੀਆ ਸਾਡੀ ਮਦਦ ਨਹੀਂ ਕਰਦਾ ਮੈਂ ਤੁਹਾਨੂੰ ਆਪਣੇ ਵੱਲੋਂ ਕਹਿ ਰਿਹਾ ਬੇਨਤੀ ਜਿੱਦਣ 370 ਤਾਰਾ ਖਤਮ ਕੀਤੀ ਆ ਸਭ ਤੋਂ ਵੱਡਾ ਵਿਰੋਧ ਪੰਜਾਬ ਚ ਖੱਬੇ ਪੱਖੀਆਂ ਨੇ ਕੀਤਾ ਕਿਤੇ ਦੇਸ਼ ਵਿੱਚ ਨਹੀਂ ਹੋਇਆ ਈਵਨ ਮੁਸਲਮਾਨ ਪਾਈਚਾਰਨੇ ਵਿਰੋਧ ਨਹੀਂ ਕੀਤਾ ਕਿਉਂਕਿ ਸਮਝਦੇ ਸੀ ਵੀ ਕਸ਼ਮੀਰ ਦਾ ਮੁਸਲਮਾਨ ਸਾਡੇ ਵਰਗਾ ਨਹੀਂ ਹੈ ਅਸੀਂ ਕਿਹਾ ਵੀ ਕਸ਼ਮੀਰ ਵਿੱਚ ਜੋ ਕੀਤਾ ਬਹੁਤ ਅਨਰਥ ਕੀਤਾ ਇਹਨਾਂ ਨੇ ਲੋਕਾਂ ਨਾਲ ਵਾਅਦਾ ਕਰਕੇ ਵਾਅਦਾ ਤੋੜ ਦਿੱਤਾ ਔਰ ਕਸ਼ਮੀਰ ਤੋਂ ਬਾਅਦ ਬਾਅਦ ਹੀ ਪੰਜਾਬ ਦੀ ਆ ਇਸ ਲਈ ਅਸੀਂ ਉਹਦੇ ਲਈ ਲੜੇ ਆ ਫਿਰ ਉਹ ਤੋਂ ਬਾਅਦ ਕਾ ਆਇਆ ਜਿਹੜਾ ਦਿੱਲੀ ਦਾ ਸ਼ਿਆਨ ਬਾਗ ਦਾ ਮੋਰਚਾ ਪੰਜਾਬ ਦੇ ਸ਼ਹਿਰਾਂ ਸ਼ਹਿਰਾਂ ਵਿੱਚ ਉਹ ਮੋਰਚਾ ਅਸੀਂ ਲੜੇ ਜਿੰਨੇ ਲੜਨੇ ਚਾਹੀਦੇ ਉਹਨਾਂ ਨਹੀਂ ਪਰ ਖੱਬੀਆਂ ਪਾਰਟੀਆਂ ਨੰਬਰ 1 ਤੇ ਰਹੀਆਂ ਹੁਣ ਜਿਹੜਾ ਤੁਸੀਂ ਅੱਜ ਕਹਿ ਰਹੇ ਹੋ ਤੀਸ ਇਹਨੂੰ ਤਲਵਾਰ ਨੂੰ ਕੀਤਾ ਗ੍ਰਿਫਤਾਰ ਸ਼ਾਇਦ ਕੱਲ ਦਾ ਸੱਦਾ ਆ ਅੱਜ ਦਾ ਜਾਂ ਕੱਲ ਦਾ ਬੇ ਸਾਰੇ ਦੇਸ਼ ਦੇ ਵਿੱਚ ਇਹਦਾ ਕਰੋ ਤੁਸੀਂ ਦੇਖੋਗੇ ਖੱਬੇ ਪੱਕੀ ਸਭ ਤੋਂ ਹਲੀਏ ਕਤਾਰਾਂ ਵਿੱਚ ਹੋਗੇ ਖੜੇ ਹੋਣਗੇ ਹਾਂ ਇਹ ਮੈਂ ਮੰਨਦਾ ਆ ਕਿ ਬਈ ਅਸੀਂ ਇੰਨੇ ਲੁਕੇ ਹੋਏ ਪ੍ਰਚਾਰ ਦੇ ਸਾਧਨਾ ਕਰਕੇ ਲੁਕ ਜਾਂਦੇ ਆ ਦਿੱਲੀ ਦੇ ਕਿਸਾਨ ਮੋਰਚੇ ਸਾਡਾ ਬਹੁਤ ਇੰਪੋਰਟੈਂਟ ਹਿੱਸਾ ਆ ਲੇਕਿਨ ਬਹੁਤ ਸਾਰੇ ਹਿੱਸੇ ਕਹਿਣਗੇ ਵੀ ਉੱਥੇ ਦਾ ਕਮਿਊਨਿਸਟਾਂ ਦਾ ਜੋ ਵਿਚਾਰ ਤਾਂ ਨਾਮੁਨਸ਼ਾਨ ਵੀ ਨਹੀਂ ਹੈ ਲੇਕਿਨ ਮੈਂ ਉਸ ਦੇਖਿਆ ਜਿਹੜੇ ਲੋਕ ਬੈਠੇ ਆ ਉਹਨਾਂ ਦੇ ਮਨ 'ਚ ਭਰੋਸਾ ਜਾ ਗਿਆ ਵੀ ਨਹੀਂ ਬਈ ਤੁਸੀਂ ਗਲਤ ਕਹਿੰਦੇ ਹੋ ਇਹ ਸਾਡੀ ਵਿਚਾਰਧਾਰਾ ਦੇ ਮਿੱਤਰ ਆ ਇਹ ਦੁਸ਼ਮਣ ਨਹੀਂ ਸਾਡੇ ਹਨ ਉਹਨੇ ਆਖੀ ਦੇਖ ਲਿਆ ਫਿਰ ਉੱਥੋਂ ਤਾਂ ਮੈਸੇਜ ਵੀ ਇਹੀ ਜਾ ਰਿਹਾ ਸੀ ਨਾ ਵੀ ਅਸੀਂ ਪੋਲਿਟੀਕਲ ਅੰਦੋਲਨ ਨਹੀਂ ਕਰ ਰਹੇ ਅਸੀਂ ਆਪਣੀ ਜ਼ਮੀਨਾਂ ਬਚਾ ਰਹੇ ਹਾਂ ਆਪਣਾ ਰੋਟੀ ਪਾਣੀ ਬਚਾ ਰਹੇ ਹਾਂ ਪਰ ਭਗਤ ਸਿੰਘ ਦਾ ਇਨਕਲਾਬ ਦਾ ਨਾਰਾ ਤਾਂ ਤੁਸੀਂ ਸੁਣਦੇ ਸੀ ਨਾ ਸਟੇਜ ਤੇ ਨਾ ਉੱਥੇ ਲਗਾਤਾਰ ਲੱਗ ਰਿਹਾ ਸੀ ਲੇਕਿਨ ਉੱਥੋਂ ਇਹ ਵੀ ਮੈਸੇਜ ਦਿੱਤਾ ਜਾ ਰਿਹਾ ਸੀ ਕਿ ਪੋਲਿਟੀਕਲ ਅੰਦੋਲਨ ਨਹੀਂ ਹੈ ਤੇ ਅਰ ਤੁਸੀਂ ਕਹਿੰਦੇ ਵੀ ਹਾਂ ਵੀ ਵਾਕਈ ਨਹੀਂ ਸੀ ਬਿਲਕੁਲ ਸੀ ਨਹੀਂ ਹੇਗਾ ਸੀ ਹਾਂ ਪੁਲਿਟिकल ਭਗਤ ਸਿੰਘ ਦਾ ਨਾਅਰਾ ਤੇ ਆ ਦੂਸਰੀ ਪਾਰਟੀ ਵੀ ਦੇ ਰਹੀ ਸੀ ਪੰਜਾਬ ਦੇ ਵਿੱਚ ਸ਼ੁਰੂ ਸ਼ੁਰੂਆਤ ਵੇਲੇ ਹਾਂ ਤੇ ਭਗਤ ਸਿੰਘ ਦੇ ਨਾਰੇ ਤੋਂ ਬਾਅਦ ਹੀ 3 ਮਹੀਨੇ ਵੀ ਨਹੀਂ ਗੁਜ਼ਰੇ ਕਿ ਉਹ ਖੁਰਨੇ ਸ਼ੁਰੂ ਹੋ ਗਏ ਉਹ ਭਗਤ ਸਿੰਘ ਦਾ ਨਾਅਰੇ ਤੇ ਅਮਲ ਕਰ ਰਿਹਾ ਸੀ ਦਿੱਲੀ 'ਚ ਫਰਕ ਇਸ ਗੱਲ ਦਾ ਇਹ ਆ ਉਹ ਭਗਤ ਸਿੰਘ ਦਾ ਨਾਅਰਾ ਨਹੀਂ ਇਕੱਲਾ ਲਾ ਰਹਾ ਭਗਤ ਸਿੰਘ ਦੇ ਵਿਚਾਰਾਂ ਤੇ ਚੱਲ ਕੇ ਦਿੱਲੀ ਦਾ ਘੇਰ ਕੇ ਬੈਠੇ ਸਨ ਸਹੀ ਹੈ ਉਹ 750 ਬੰਦੇ ਸ਼ਹੀਦ ਕਰਾ ਚੁੱਕੇ ਸਨ ਜਿਹੜਾ ਭਗਤ ਸਿੰਘ ਨੇ ਆਪਣੀ ਜ਼ਿੰਦਗੀ 'ਚ ਕਿਹਾ ਵੀ ਲੋਕੋ ਹਥਿਆਰ ਨਹੀਂ ਮੁੱਖ ਹੈ ਤੁਹਾਡਾ ਮਤਲਬ ਤੁਹਾਡੇ ਕੋਲ ਸਾਧਨ ਅਸਰ ਲੋਕ ਹੈ ਲੋਕ ਇਕੱਠੇ ਕਰ ਲਓ ਲੋਕ ਸ਼ਕਤ ਦਿੱਲੀ ਦੇ ਕਿਸਾਨ ਮੋਰਚੇ ਦਾ ਪਗਸੇ ਦੀ ਤਸਵੀਰ ਬੰਦਾ ਬਹਾਦਰ ਦੀ ਤਸਵੀਰ ਕੁਝ ਕਰ ਰਹੀ ਸੀ ਜਿਹੜਾ ਸਾਡੇ ਫੋਟੋ ਲਾ ਕੇ ਆਪ ਦੀ ਦਫਤਰਾਂ ਚ ਤੇ ਨਾਲ ਅਵੇਦਗਰ ਜੀ ਦੀ ਲਾ ਕੇ ਉਹਨਾਂ ਦੇ ਵਿਚਾਰਾਂ ਤੇ ਕਾਟਾ ਫੇਰਿਆ ਜਾ ਰਿਹਾ ਜੋ ਪਗਸੇ ਕਹਿੰਦਾ ਸੀ ਵੀ ਸਾਂਝੀ ਵਾਲਤਾ ਚਾਹੀਦੀ ਆ ਤੇ ਕੋਈ ਫੋਟੋ ਨਾਲੇ ਬੰਦੇ ਕਹਿੰਦੇ ਨਹੀਂ ਸਾਡੇ ਕੋ ਸਾਂਝੀ ਵਾਲਤਾ ਦਾ ਮਸਲਾ ਨਹੀਂ ਹੈ ਸਾਡੇ ਕੋ ਹਨੂਮਨ ਚਲिसा ਹੈਗਾ ਆ ਜਿੱਦਾਂ ਮੋਦੀ ਨੇ ਹਫ਼ਤਾ ਹਫ਼ਤੇ ਬੱਧੀ ਪ੍ਰਚਾਰ ਕਰਾਇਆ ਧਰਮ ਦਾ ਪਿਛਲੀ ਦੀਵਾਲੀ ਨੂੰ ਕੇਜਰੀਵਾਲ ਨੇ ਕਿਹਾ ਵੀ ਮੈਂ ਦੀਵਾਲੀ ਦੀ ਸ਼ਾਮ ਨੂੰ ਟੀਵੀ ਦੇ ਉੱਤੇ ਆ ਰਿਹਾ ਸਾਰੇ ਮਨ ਆਪਾਂ ਸਾਂਝੀ ਦੀਵਾਲੀ ਮਨਾਈਏ ਇਹ ਤਰੀਕਾ ਲੱਭ ਲੈ ਮੋਦੀ ਨੇ ਇਸ ਲਈ ਉਹ ਭਗਤ ਸਿੰਘ ਦੀ ਫੋਟੋ ਦਾ ਤੇ ਦਿੱਲੀ ਦੇ ਭਗਤ ਸਿੰਘਦਾਰ ਦੇ ਮਤਾਫ ਵਰ ਕਰਦਾ ਵੀ ਦਿੱਲੀ 'ਚ ਇਹ ਗੱਲਾਂ ਹੋਈਆਂ ਉਹ ਵਿਚਾਰਧਾਰਾ ਹੈਗੀ ਆ ਉੱਤੇ ਬਹੁਤ ਬਹੁਤ ਧੰਨਵਾਦ ਪਾਥੜਾ ਸਾਹਿਬ ਬਹੁਤ ਵਧੀਆ ਗੱਲਬਾਤ ਰਹੀ ਹੈ ਤੁਸੀਂ ਚੰਗੀ ਗੱਲਬਾਤ ਦੱਸੀ ਆ ਕਿ ਕੀ ਹੁਣਾ ਤੇ ਕੀ ਹੋ ਹਟਿਆ ਤੇ ਗਾਂ ਕੀ ਹੋਵੇਗਾ ਆ ਆਗਾਨੂ ਵੀ ਜਦੋਂ ਕਿਤੇ ਆਏ ਤੇ ਜ਼ਰੂਰ ਮੁਲਾਕਾਤ ਕਰਾਂਗੇ ਤੁਹਾਡੇ ਨਾਲ ਬਹੁਤ ਬਹੁਤ ਧੰਨਵਾਦ ਬਹੁਤ ਚੰਗਾ ਲੱਗਾ ਜੀ ਸਰੋਧਿਆ ਸਾਹਮਣੇ ਸਤਿ ਸ੍ਰੀ ਅਕਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ